ਕਰਨ ਤੋਂ। ਇਸ ਵਕਤ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ ਅਸੀਂ ਸ਼ਾਮਲ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਦਰਸ਼ਕ ਹੋਰਾਂ ਨੂੰ ਪਟਿਆਲੇ ਤੋਂ। ਉਹ ਆਪਣੇ ਨਾਲ ਤਕਰੀਬਨ ਇਕ ਘੰਟਾ ਜੁੜੇ ਰਹਿਣਗੇ ਔਰ ਇਸੇ ਦੌਰਾਨ ਹੀ ਧੰਨਵਾਦੀ ਹਾਂ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ, ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪਵਾਸੀਆਂ ਦੇ। ਆਓ ਤੋਰੀਏ ਗੱਲ ਨੂੰ ਅੱਗੇ, ਛੇੜੀਏ ਨਵੀਂ ਕਹਾਣੀ, ਖਬਰਾਂ ਕੀ ਕਹਿੰਦੀਆਂ। ਦਰਸ਼ਕ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਠੀਕ ਹੋ ਜੀ? ਬਿਲਕੁਲ ਠੀਕ ਹੈ, ਤੁਸੀਂ ਸੁਣਾਓ? ਬਸ ਵਧੀਆ, ਥੋੜੀ ਜਿਹੀ ਆਵਾਜ਼ ਚੱਕ ਰਹੇ ਹੋ ਜੀ। ਕੱਲ ਸੁਖਬੀਰ ਬਾਦਲ ਆ ਕੇ ਗਿਆ ਤੁਹਾਡੇ ਇੱਥੇ ਤੇ ਤੁਸੀਂ ਮਾੜਾ ਜਿਹਾ ਜ਼ੋਰ ਨਾਲ ਬੋਲੋਗਾ ਉਹਦੇ ਵਾਂਗੂ? ਅਸਰ ਤਾਂ ਪੈ ਹੀ ਜਾਂਦਾ ਕਹਿੰਦੇ ਹੁੰਦੇ ਮਾੜਾ ਮੋਟਾ। ਅਸਲ ਚ ਉਹ ਕੀ ਖਾ ਕੇ ਬੋਲਦੇ ਆ ਉਹ ਚੀਜ਼ ਸਾਡੇ ਕੋਲ ਨੀ ਹੈਗੀ ਜੀ, ਤੇ ਇਸ ਗੱਲ ਕਰਕੇ ਸਾਡੀ ਆਵਾਜ਼ ਚ ਉਹਨਾਂ ਦਮ ਨੀ ਹੈਗਾ ਜਿੰਨਾ ਉਹਨਾਂ ਦੀ ਆਵਾਜ਼ ਚ ਦਮ ਹੈਗਾ। ਤੇ ਬਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਈ ਵਾਰੀ ਹਾਲਾਤ ਤਾਂ ਇਹ ਵੀ ਹੋ ਜਾਂਦੇ ਆ। ਤੇ ਖੈਰ ਖੇਤੀ ਬਿੱਲਾਂ ਤੇ ਕੈਪਟਨ ਹੋਰਾਂ ਦਾ ਕੀ ਜਵਾਬ ਹੈ ਜੀ ਹੁਣ ਤਾਂ, ਕਿਉਂਕਿ ਕਾਨੂੰਨ ਹੀ ਬਣ ਗਿਆ? ਕਾਨੂੰਨ ਤਾਂ ਬਣ ਗਿਆ ਪਰ ਐਜੂਕੇਸ਼ਨ ਕਿਸਾਨਾਂ ਦੀ ਵੀ ਜਾਰੀ ਹੈ, ਸਿਆਸਤਦਾਨਾਂ ਦੀ ਵੀ ਜਾਰੀ ਹੈ। ਸਿਆਸਤਦਾਨ ਤਾਂ ਇਹ ਚਾਹ ਰਹੇ ਨੇ ਕਿਵੇਂ ਨਾ ਕਿਵੇਂ ਇਸ ਮਸਲੇ ਨੂੰ ਉਛਾਲੇ ਤੇ ਰੱਖਿਆ ਜਾ ਸਕੇ, ਤੇ ਉਹਦਾ ਕਾਰਨ ਇਹੀ ਹੈ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਮੌਕਾ ਅਜਿਹਾ ਹੈ ਕਿ ਕਿਸਾਨਾਂ ਦੇ ਚੈਂਪੀਅਨ ਬਣ ਜਾਈਏ। ਚੈਂਪੀਅਨ ਬਣਨ ਵਾਸਤੇ ਕਦੇ ਤਾਂ ਆਮ ਆਦਮੀ ਪਾਰਟੀ ਜਿਹੜਾ ਹੈਗਾ ਐਜੀਟੇਸ਼ਨ ਕਰ ਰਹੀ ਹੈ, ਕਦੇ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਖਟਕੜ ਕਲਾ ਦਿੱਤੇ ਗਏ, ਖਟਕੜ ਕਲਾ ਵਿਖੇ ਗਏ ਜਿੱਥੇ ਸਰਦਾਰ ਭਗਤ ਸਿੰਘ ਉਹਨਾਂ ਦਾ ਜਿਹੜਾ ਹੈਗਾ ਜਨਮ ਸਥਾਨ ਹੈਗਾ, ਤੇ ਉੱਥੇ ਜਾ ਕੇ ਉਹਨਾਂ ਨੇ ਸੰਬੋਧਨ ਕੀਤਾ ਤੇ ਇਹ ਗੱਲ ਕਹੀ ਕਿ ਕਿਸਾਨਾਂ ਨੂੰ ਰੁਣ ਨਹੀਂ ਦੇਵਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਤੇ ਹੁਣ ਪਤਾ ਹੈ ਕਿ ਅੱਗਿਓਂ ਅਕਾਲੀ ਦਲ ਨੇ ਵੀ 1 ਤਰੀਕ ਦੀ ਜਿਹੜੇ ਹੈਗਾ ਆਪਣੇ ਅੰਦੋਲਨ ਨੂੰ ਵਿੱਢਣ ਦਾ ਜਿਹੜਾ ਹੈਗਾ ਐਲਾਨ ਕੀਤਾ ਹੋਇਆ ਕਿ 3 ਜਿਹੜੇ ਤਖ਼ਤ ਨੇ ਉਥੋਂ ਉਨ੍ਹਾਂ ਦੇ ਜਿਹੜੇ ਆਪਣੇ ਵੱਡੇ ਜਲੂਸ ਲੈ ਕੇ ਜਾਣਗੇ ਤੇ ਚੰਡੀਗੜ੍ਹ ਪਹੁੰਚਣਗੇ। ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਪਾਰਟੀਆਂ ਨੂੰ ਇਹ ਐਜੂਕੇਸ਼ਨ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਕਿਸਾਨਾਂ ਦਾ ਸਾਥ ਨਹੀਂ ਦੇਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ 2022 ਦੀ ਚੋਣਾਂ ਚ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਕਿ ਉਹ ਕਿਸਾਨਾਂ ਦੇ ਨਾਲ ਨਹੀਂ ਖੜੇ ਹੈਗੇ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਦੀ ਆਪਣੀਆਂ ਮਜਬੂਰੀਆਂ ਵੀ ਨੇ। ਮਜਬੂਰੀਆਂ ਇਹ ਨੇ ਕਿ ਕੈਪਟਨ ਸਰਕਾਰ ਹੈ, ਜਦੋਂ ਤੋਂ ਚੱਲਦੀ ਆ ਰਹੀ ਹੈ ਉਸ ਲਈ ਜਿੰਨੇ ਵੀ ਵਾਅਦੇ ਕੀਤੇ ਸੀਗੇ ਆਪਾਂ ਨੂੰ ਪਤਾ ਹੈ ਕਿ ਕਿੰਨੇ ਪੂਰੇ ਹੋਏ ਆ। ਤੇ ਇਹਦੇ ਨਾਲ ਨਾਲ ਇਕ ਹੋਰ ਕਾਰਨ ਇਹ ਹੈ ਕਿ ਇਸ ਸਮੇਂ ਕੋਰੋਨਾ ਦੀ ਮਾਰ ਚੱਲ ਰਹੀ ਹੈ। ਕੋਰੋਨਾ ਦੀ ਮਾਰ ਕਰਕੇ ਵੀ ਸਰਕਾਰ ਬਹੁਤ ਬੁਰੀ ਤਰੀਕੇ ਨਾਲ ਕਮਜ਼ੋਰ ਪਈ ਹੋਈ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਦੀਆਂ ਕਮਜ਼ੋਰੀਆਂ ਨੇ। ਤਾਂ ਇਸ ਗੱਲ ਕਰਕੇ ਜੇਕਰ ਕਿਸਾਨਾਂ ਦੇ ਨਾਲ ਜੇ ਕਿਸਾਨਾਂ ਦੀ ਚੈਂਪੀਅਨ ਬਣਦੀ ਹੈ ਸਰਕਾਰ ਤਾਂ ਉਹਦੇ ਨਾਲ ਜਿੰਨੇ ਵੀ ਹੋਰ ਮੁੱਦੇ ਨੇ ਉਹ ਦੱਬ ਕੇ ਰਹਿ ਜਾਂਦੇ ਨੇ। ਤੇ ਇਸ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਵੀ ਇਹ ਐਜੂਕੇਸ਼ਨ ਦਾ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹਦੇ ਨਾਲ ਨਾਲ ਅੱਜ ਸਿਰਫ ਸਿਆਸੀ ਪਾਰਟੀਆਂ ਨਹੀਂ, ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਕਲਾਕਾਰ ਨੇ ਬਹੁਤ ਸਾਰੇ, ਉਹਨਾਂ ਨੇ ਵੀ ਬਟਾਲਾ ਦੇ ਵਿਚ ਜਾ ਕੇ ਇਸ ਐਜੂਕੇਸ਼ਨ ਦਾ ਸਮਰਥਨ ਕੀਤਾ, ਕਿਸਾਨਾਂ ਦਾ ਸਾਥ ਦਿੱਤਾ। ਉਹਦੇ ਵਿਚ ਰਣਜੀਤ ਬਾਵਾ, ਕੰਵਰ ਗਰੇਵਾਲ, ਹਰਭਜਨ ਮਾਨ, ਐਮੀ ਵਿਰਕ, ਗੁਰਵਿੰਦਰ ਬਰਾੜ, ਹਰਫ ਚੀਮਾ, ਇਹੋ ਜਿਹੇ ਸਾਰੇ ਗਾਇਕ ਉੱਥੇ ਗਏ ਤੇ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਜਿੰਨੇ ਵੀ ਕਿਸਾਨਾਂ ਦੀ ਇਹ ਜਿਹੜੀ ਐਜੂਕੇਸ਼ਨ ਹੈ, ਕਿਸਾਨਾਂ ਦਾ ਅੰਦੋਲਨ ਹੈ, ਉਹਦੇ ਨਾਲ ਖੜੇ ਹਾਂ। ਤੇ ਪਿਛਲੇ ਦਿਨ ਮੈਂ ਤੁਹਾਨੂੰ ਦੱਸਦਾ ਕਿ ਇਕ ਗਾਇਕ ਸਾਡੇ ਨਾਲ ਟੀਵੀ ਦੇ ਉੱਤੇ ਵੀ ਜੁੜਿਆ ਸੀਗਾ ਤੇ ਉਹਨੇ ਇਕ ਬੜੀ ਦਿਲਚਸਪ ਗੱਲ ਸੁਣਾਈ ਕਿ ਜਦੋਂ ਕਿਸਾਨਾਂ ਦੀ ਖੇਤੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤਾਂ ਸਾਡਾ ਵੀ ਮਨ ਜਿਹੜਾ ਹੈਗਾ ਖਿੜਿਆ ਹੁੰਦਾ, ਉਹਨਾਂ ਦਾ ਵੀ ਖੜ ਜਾਂਦਾ। ਉਹ ਪੁੱਛਿਆ ਗਿਆ ਵੀ ਕਿਉਂ, ਉਹ ਕਹਿੰਦੇ ਵੀ ਜੇਕਰ ਇਹਨਾਂ ਦਾ ਚੰਗਾ ਮਤਲਬ ਇਹ ਫਸਲ ਜਿਣਸ ਬੀਜੂਗੀ, ਇਹਨਾਂ ਕੋਲ ਪੈਸਾ ਆਊਗਾ ਤਾਂ ਇਹ ਸਾਡੇ ਪ੍ਰੋਗਰਾਮ ਕਰਾਉਣਗੇ, ਤਾਂ ਇਹਨਾਂ ਪ੍ਰੋਗਰਾਮਾਂ ਦੇ ਨਾਲ ਹੀ ਸਾਡੀ ਰੋਜ਼ੀ ਰੋਟੀ ਚੱਲਦੀ ਹੈ। ਤੇ ਇਹ ਆਪਾਂ ਇੱਕ ਦਲੀਲ ਵੀ ਸਹੀ ਹੈ
ਇਸ ਤਰ੍ਹਾਂ ਹੋ ਵੀ ਸਕਦਾ ਹੈ। ਤੇ ਇਹਦੇ ਨਾਲ ਨਾਲ ਜੋ ਅੱਜ ਇੱਕ ਬੜੀ ਬਦਭਾਗੀ ਘਟਨਾ ਵਾਪਰੀ ਜਿਹੜੀ ਪੰਨੂ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਦਿੱਲੀ ਦੇ ਵਿਚ ਯੂਥ ਕਾਂਗਰਸ ਦੇ ਲੀਡਰਾਂ ਨੇ ਇਕ ਟਰੈਕਟਰ ਸਾੜਿਆ ਜਿਹੜਾ ਕਿ ਉਹ ਟਰੱਕ ਦੇ ਵਿਚ ਲੈ ਕੇ ਗਏ ਸੀ, ਐਸ਼ਰ ਟਰੈਕਟਰ ਸੀਗਾ। ਤੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਟਰੈਕਟਰ ਨੂੰ ਸਾੜਿਆ, ਇਹ ਮਾੜੀ ਗੱਲ ਇਸ ਗੱਲ ਕਰਕੇ ਆ ਕਿ ਅੱਜ ਉਨ੍ਹਾਂ ਨੇ ਅੱਗਜ਼ਨੀ ਇੱਥੇ ਕੀਤੀ ਹੈ, ਕੱਲ ਨੂੰ ਕਿਤੇ ਹੋਰ ਹੋਜੂਗੀ। ਤੇ ਪੰਜਾਬ ਦੇ ਵਿਚ ਜਿਹੜਾ ਆਪਾਂ ਮੋਦੀ ਸਰਕਾਰ ਹੈ ਉਸ ਵੱਲੋਂ ਬਿਲਕੁਲ ਸੁਣਵਾਈ ਨਹੀਂ ਕੀਤੀ ਜਾ ਰਹੀ ਹੈਗੀ। ਇਹ ਸੁਣਵਾਈ ਜਦੋਂ ਸੁਣਵਾਈ ਨਹੀਂ ਕਰਦੀ ਤਾਂ ਲੋਕ ਅੱਕ ਜਾਂਦੇ ਨੇ। ਤੇ ਹਾਲ ਦੀ ਘੜੀ ਅਸੀਂ ਇਹ ਆਪਾਂ ਚੰਗੀ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿਚ ਹਾਲਾਤ ਜਿਹੜੇ ਹੈਗੇ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੇ ਨੇ। ਜੇ ਸਰਕਾਰ ਸੁਣਵਾਈ ਨਹੀਂ ਕਰੂਗੀ ਤਾਂ ਉਹਦੇ ਨਾਲ ਇਹੋ ਜਿਹੀ ਘਟਨਾਵਾਂ ਵਾਪਰ ਜਾ ਸਕਦੀਆਂ ਨੇ। ਜਿਵੇਂ ਆਪਾਂ ਇੱਕ ਸਮੇਂ ਦੇਖਿਆ ਸੀ ਹਰਿਆਣੇ ਦੇ ਵਿਚ ਜਾਟ ਅੰਦੋਲਨ ਹੋਇਆ ਸੀਗਾ, ਤਾਂ ਉਹਦੇ ਵਿਚ ਕਿਵੇਂ ਦੁਕਾਨਾਂ ਨੂੰ ਸਾੜ ਦਿੱਤਾ ਗਿਆ ਸੀਗਾ, ਬਹੁਤ ਸਾਰਾ ਨੁਕਸਾਨ ਹੋਇਆ ਸੀਗਾ। ਤੇ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਹ ਕਿਸਾਨਾਂ ਦੀ ਸੁਣਵਾਈ ਨਹੀਂ ਕਰੂਗੀ ਜਾਂ ਉਨ੍ਹਾਂ ਨੂੰ ਸਮਝਾਊਗੀ ਨਹੀਂ ਜਾਂ ਕੋਈ ਵੀ ਆਪਾਂ ਕਹਿ ਸਕਦੇ ਹਾਂ ਗੱਲਬਾਤ ਲਈ ਨਹੀਂ ਬੁਲਾਊਗੀ, ਤਾਂ ਉਹਦੇ ਨਾਲ ਇਹ ਜਿਹੜੀ ਹੈਗੀ ਸਮੱਸਿਆ ਪੈਦਾ ਹੋ ਸਕਦੀ ਹੈ। ਜੇ ਪੰਜਾਬ ਦੇ ਵਿਚ ਲੋਕ ਹਿੰਸਾ ਤੇ ਉਤਰ ਆਏ ਤਾਂ ਇਹ ਬਹੁਤ ਹੀ ਮਾੜੀ ਗੱਲ ਹੋ ਸਕਦੀ ਹੈ। ਉਹਦਾ ਸਾਨੂੰ ਇਹ ਵੀ ਸ਼ੰਕੇ ਰਹਿੰਦੇ ਹੈ ਕਿ ਜੇ ਪੰਜਾਬ ਦੇ ਵਿਚ ਹਿੰਸਾ ਹੁੰਦੀ ਹੈ ਤਾਂ ਉਹਦਾ ਫਾਇਦਾ ਪਾਕਿਸਤਾਨ ਵੀ ਉਠਾਉਂਦਾ। ਇਹ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਆ ਉਨ੍ਹਾਂ ਦਾ ਪਾਕਿਸਤਾਨ ਉਠਾਵੇ ਨਾ ਉਠਾਵੇ ਜੀ ਪੰਜਾਬ ਵਾਲੀਆਂ ਪਾਰਟੀਆਂ ਜ਼ਰੂਰ ਉਠਾਉਣਗੀਆਂ। ਹਾਂਜੀ, ਤੇ ਇਹ ਵੀ ਗੱਲ ਠੀਕ ਹੈ। ਤੇ ਇਹਦਾ ਮਤਲਬ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕਿ ਪਾਕਿਸਤਾਨ ਦਾ ਦ੍ਰਿਸ਼ਟੀਕੋਣ ਇਹੀ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿਚ ਹਥਿਆਰ ਦਿੱਤੇ ਜਾਣ। ਤੇ ਪਿਛਲੇ ਸਮੇਂ ਦੌਰਾਨ ਵੀ ਅਸੀਂ ਦੇਖਿਆ ਡਰੋਨ ਦੇ ਥਰੂ ਹਥਿਆਰ ਆਏ ਨੇ, ਤੇ ਇਹ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਪੰਜਾਬ ਨੂੰ ਡਿਸਟਰਬ ਦੇਖਣਾ ਚਾਹੁੰਦੀ ਹੈ। ਇਸ ਗੱਲ ਕਰਕੇ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਜੋ ਉਹਨੇ ਅੜੀਅਲ ਵਤੀਰਾ ਅਖਤਿਆਰ ਕਰ ਰੱਖਿਆ ਉਸ ਤੋਂ ਥੋੜਾ ਬਹੁਤਾ ਲਚਕੀਲਾਪਣ ਲੈ ਕੇ ਆਉਣਾ ਚਾਹੀਦਾ। ਜੇਕਰ ਉਹ ਨਹੀਂ ਲਚਕੀਲਾਪਣ ਲੈ ਕੇ ਆਉਗੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਸ ਕੇਂਦਰ ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਵੀ ਸਕਦਾ ਹੈ। ਜੀ, ਖਮਿਆਜਾ ਭੁਗਤਣਾ ਵੀ ਪੈ ਸਕਦਾ, ਇਹ ਵੀ ਗੱਲ ਤੁਹਾਡੀ ਸਹੀ ਹੈ। ਤੇ ਇਹ ਲੋਕ ਕਿਵੇਂ ਸੋਚਦੇ ਆ ਇਸ ਨੂੰ, ਇਹ ਵੀ ਗੱਲ ਆਪਾਂ ਕਰਾਂਗੇ। ਅਗਲੀ ਖਬਰ ਤੇ ਚੱਲਦੇ ਆ ਜੀ, ਤੇ ਅਗਲੀ ਖਬਰ ਕੀ ਕਹਿੰਦੀ ਹੈ ਇਹ ਵੀ ਆਪਾਂ ਸਾਂਝੀ ਕਰਦੇ ਹਾਂ ਸਰੋਤਿਆਂ ਦੇ ਨਾਲ, ਕਿਉਂਕਿ ਖਬਰਾਂ ਤਾਂ ਬਹੁਤ ਸਾਰੀਆਂ, ਹੁਣ ਕੋਈ ਗੰਦਾਰ ਹੈ ਤੇ ਕੋਈ ਕੁਛ ਹੈ। ਕੋਰੋਨਾ ਹੁਣ ਮੌਤਾਂ ਦਾ ਅੰਕੜਾ ਤਾਂ ਠੀਕ ਹੈ ਜੀ, ਹੁਣ ਠੀਕ ਹੋਣ ਵਾਲਿਆਂ ਦਾ ਅੰਕੜਾ ਦੱਸੋ ਕਿੱਥੇ ਤੱਕ ਪਹੁੰਚ ਗਿਆ? ਠੀਕ ਹੋਣ ਵਾਲਿਆਂ ਦਾ ਵੀ ਅੰਕੜਾ ਆਪਾਂ ਦੱਸਦੇ ਹਾਂ, ਪਰ ਮੈਂ ਪਹਿਲਾਂ ਤੁਹਾਨੂੰ ਕੁਛ ਜਿਹੜਾ ਨਵਾਂ ਅਨਾਲਿਸਿਸ ਆਇਆ, ਜਿਹੜਾ ਵਿਸ਼ਲੇਸ਼ਣ ਆਇਆ, ਹੁਣ ਤੱਕ ਜਿਹੜੇ ਪੂਰੀ ਦੁਨੀਆਂ ਦੇ ਵਿਚ ਮੌਤਾਂ ਹੋ ਚੁੱਕੀਆਂ ਜਾਂ ਬਿਮਾਰ ਹੋ ਚੁੱਕੇ ਨੇ ਉਸ ਸੰਬੰਧ ਵਿਚ ਥੋੜਾ ਜਿਹਾ ਮੈਂ ਅੰਕੜਾ ਦੱਸਦਾ ਫਿਰ ਠੀਕ ਹੋਣ ਵਾਲੇ ਦੀ ਵੀ ਆਪਾਂ ਗੱਲ ਕਰ ਲਾਂਗੇ। ਤੇ ਇਸ ਸਮੇਂ ਪੂਰੀ ਦੁਨੀਆਂ ਦੇ ਵਿਚ 10 ਲੱਖ ਤੋਂ ਉਪਰ ਮੌਤਾਂ ਹੋ ਚੁੱਕੀਆਂ ਨੇ। ਤੇ ਜਿਹੜੀ ਸਟੱਡੀ ਸਾਹਮਣੇ ਆਈ ਹੈ 22 ਜਨਵਰੀ 2020 ਵਿਚ ਪਹਿਲੀ ਮੌਤ ਹੋਈ ਸੀਗੀ, ਤੇ ਉਹਦੇ ਨਾਲ 22 ਜਨਵਰੀ ਦੇ ਵਿਚ 22 ਜਨਵਰੀ ਤੋਂ ਲੈ ਕੇ 9 ਅਪ੍ਰੈਲ ਤੱਕ ਪਹਿਲੀਆਂ 1 ਲੱਖ ਮੌਤਾਂ ਹੋਈਆਂ ਸੀ ਪੂਰੀ ਦੁਨੀਆ ਦੇ ਵਿਚ। ਤੇ ਉਸ ਤੋਂ ਬਾਅਦ 10 ਅਪ੍ਰੈਲ ਤੋਂ ਲੈ ਕੇ 24 ਅਪ੍ਰੈਲ ਦੇ ਵਿਚ 14 ਦਿਨਾਂ ਦੇ ਵਿਚ 10 ਲੱਖ ਮੌਤਾਂ ਹੋਈਆਂ ਸੀਗੀਆਂ। ਫਿਰ 25 ਅਪ੍ਰੈਲ ਤੋਂ ਲੈ ਕੇ 23 ਮਈ ਤੱਕ 3 ਲੱਖ ਮੌਤਾਂ ਹੋ ਚੁੱਕੀਆਂ ਸੀ ਪੂਰੀ ਦੁਨੀਆ ਦੇ ਵਿਚ। ਤੇ ਇਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ 21 ਅਗਸਤ ਤੋਂ ਲੈ ਕੇ 8 ਅਗਸਤ ਤੱਕ 9 ਲੱਖ ਮੌਤਾਂ ਹੋ ਚੁੱਕੀਆਂ ਸੀਗੀਆਂ। ਤੇ ਹੁਣ ਜਿਹੜੇ ਦਿਨ ਘਟਦੇ ਚਲੇ ਜਾ ਰਹੇ ਤੇ ਮੌਤਾਂ ਵਧਦੀਆਂ ਜਾ ਰਹੀਆਂ ਨੇ। 9 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ 10 ਲੱਖ ਮੌਤਾਂ ਹੋ ਚੁੱਕੀਆਂ ਨੇ। ਜੇਕਰ ਮੌਤਾਂ ਦੇ ਹਿਸਾਬ ਨਾਲ ਦੇਸ਼ਾਂ ਦੀ ਆਪਾਂ 5 ਜਿਹੜੇ ਪ੍ਰਮੁੱਖ ਦੇਸ਼ ਨੇ ਉਹਨਾਂ ਦੇ ਵਿਚ ਅਮਰੀਕਾ ਚ ਹੁਣ ਤੱਕ 2,09,000 ਮੌਤਾਂ ਹੋ ਚੁੱਕੀਆਂ ਨੇ, ਬ੍ਰਾਜ਼ਿਲ ਦੇ ਵਿਚ 1,41,000 ਮੌਤਾਂ ਹੋ ਚੁੱਕੀਆਂ ਨੇ, ਭਾਰਤ ਦੇ ਵਿਚ 94,000 ਮੌਤਾਂ ਹੋ ਚੁੱਕੀਆਂ ਨੇ, ਮੈਕਸੀਕੋ ਦੇ ਵਿਚ 76,000 ਮੌਤਾਂ ਹੋ ਚੁੱਕੀਆਂ ਨੇ, ਯੂਕੇ ਦੇ ਵਿਚ 41,000 ਮੌਤਾਂ ਹੋ ਚੁੱਕੀਆਂ ਨੇ। ਜਿਹੜੇ ਮਰੀਜ਼ਾਂ ਦੇ ਹਿਸਾਬ ਦੇ ਨਾਲ ਅਮਰੀਕਾ ਚ ਇਸ ਸਮੇਂ 72 ਲੱਖ ਮਾਮਲੇ ਨੇ,
ਭਾਰਤ ਦੇ ਵਿਚ ਤਕਰੀਬਨ 60 ਲੱਖ ਮਾਮਲੇ ਨੇ, ਬ੍ਰਾਜ਼ਿਲ ਦੇ ਵਿਚ 47 ਲੱਖ ਮਾਮਲੇ ਨੇ, ਰੂਸ ਦੇ ਵਿਚ 10 ਲੱਖ ਮਾਮਲੇ ਨੇ ਤੇ ਕੋਲੰਬੀਆ ਦੇ ਵਿਚ 8 ਲੱਖ ਮਾਮਲੇ ਨੇ। ਜਦੋਂ ਇਹ ਸ਼ੁਰੂਆਤ ਹੋਈ ਸੀਗੀ ਤਾਂ ਦਸਿਆ ਜਾਂਦਾ ਹੈ ਕਿ ਪਹਿਲੀਆਂ ਜਿਹੜੀਆਂ 5 ਲੱਖ ਮੌਤਾਂ ਸੀਗੀਆਂ ਉਹ 521 ਦਿਨਾਂ ਦੇ ਵਿਚ ਹੋਈਆਂ ਸੀਗੀਆਂ ਤੇ ਹੁਣ ਜਿਹੜੀਆਂ ਅਗਲੀਆਂ 5 ਲੱਖ ਮੌਤਾਂ ਨੇ ਜਿਵੇਂ ਜਿਹੜੀ ਗੱਲ ਹੋਈ ਆਪਾਂ ਉਹ ਸਿਰਫ ਜਿਹੜੀ ਹੈਗੀ 94 ਦਿਨਾਂ ਦੇ ਵਿਚ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਜਿਹੜੀ ਔਸਤਨ ਮੌਤਾਂ ਦੀ ਗਿਣਤੀ ਹੈ ਡੇਲੀ ਜਿਹੜੀ ਚੱਲ ਰਹੀ ਹੈ ਭਾਰਤ ਦੇ ਵਿਚ 1016 ਮੌਤਾਂ ਡੇਲੀ ਹੋ ਰਹੀਆਂ ਨੇ, ਅਮਰੀਕਾ ਦੇ ਵਿਚ 895 ਮੌਤਾਂ ਹੋ ਰਹੀਆਂ ਨੇ, ਬ੍ਰਾਜ਼ਿਲ ਦੇ ਵਿਚ 826 ਮੌਤਾਂ ਹੋ ਰਹੀਆਂ ਨੇ, ਮੈਕਸੀਕੋ ਦੇ ਵਿਚ 490 ਮੌਤਾਂ ਹੋ ਰਹੀਆਂ ਨੇ, ਅਰਜਨਟੀਨਾ ਦੇ ਵਿਚ 442 ਮੌਤਾਂ ਹੋ ਰਹੀਆਂ ਨੇ। ਜੇਕਰ ਆਪਾਂ 10 ਲੱਖ ਦੇ ਪਿੱਛੇ ਆਪਾਂ ਮੌਤਾਂ ਦਾ ਹਿਸਾਬ ਦੇਖੀਏ ਤਾਂ ਭਾਰਤ ਦੇ ਵਿਚ 10 ਲੱਖ ਪਿੱਛੇ 68 ਮੌਤਾਂ ਹੋ ਰਹੀਆਂ ਨੇ, ਅਮਰੀਕਾ ਦੇ ਵਿਚ 10 ਲੱਖ ਪਿੱਛੇ 631 ਮੌਤਾਂ ਹੋ ਰਹੀਆਂ ਨੇ ਤੇ ਬ੍ਰਾਜ਼ਿਲ ਦੇ ਵਿਚ 10 ਲੱਖ ਪਿੱਛੇ 664 ਮੌਤਾਂ ਹੋ ਰਹੀਆਂ ਨੇ, ਮੈਕਸੀਕੋ ਦੇ ਵਿਚ 10 ਲੱਖ ਪਿੱਛੇ 587 ਮੌਤਾਂ ਹੋ ਰਹੀਆਂ ਨੇ ਤੇ ਅਰਜਨਟੀਨਾ ਦੇ ਵਿਚ 10 ਲੱਖ ਪਿੱਛੇ 447 ਮੌਤਾਂ ਹੋ ਰਹੀਆਂ ਨੇ। ਤੇ ਅੱਜ ਦਾ ਜੋ ਆਪਾਂ ਘਟਨਾਕ੍ਰਮ ਦੇਖੀਏ ਤਾਂ ਉਥੋਂ ਇਹ ਪਤਾ ਲੱਗਦਾ ਕਿ ਕੁੱਲ ਇਸ ਸਮੇਂ ਦੁਨੀਆਂ ਦੇ ਵਿਚ 3,33,00,000 62,153 ਮਰੀਜ਼ ਨੇ ਤੇ ਮੌਤਾਂ 10,03,198 ਹੋ ਚੁੱਕੀਆਂ ਨੇ, ਅਮਰੀਕਾ ਦੇ ਵਿਚ ਇਸ ਸਮੇਂ 73,22,403 ਮਰੀਜ਼ ਹੈਗੇ ਆ ਤੇ ਮੌਤਾਂ ਇੱਥੇ 2,09,470 ਹੋ ਚੁੱਕੀਆਂ ਨੇ, ਇੰਡੀਆ ਦੇ ਵਿਚ 60,83,888 ਮਰੀਜ਼ ਹੈਗੇ ਆ, ਮੌਤਾਂ ਇੱਥੇ 95,626 ਹੋ ਚੁੱਕੀਆਂ ਨੇ। ਜੋ ਬ੍ਰਾਜ਼ਿਲ ਹੈ, ਬ੍ਰਾਜ਼ਿਲ ਦੇ ਵਿਚ 47,32,309 ਮਰੀਜ਼ ਹੈਗੇ ਆ ਤੇ ਮੌਤਾਂ ਇੱਥੇ 1,14,776 ਹੋ ਚੁੱਕਿਆ ਨੇ। ਜੋ ਪੰਜਾਬ ਦਾ ਹਿਸਾਬ ਕਿਤਾਬ ਹੈ ਇੱਥੇ ਵੀ ਕਾਫ਼ੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਅੱਗੇ ਨਾਲ ਥੋੜਾ ਬਹੁਤਾ ਫਰਕ ਪੈਣ ਲੱਗ ਗਿਆ ਤੇ ਅੱਜ 1,271 ਮਰੀਜ਼ ਆਏ ਤੇ 46 ਮੌਤਾਂ ਹੋ ਚੁੱਕੇ ਨੇ। ਇਸ ਸਮੇਂ ਪੰਜਾਬ ਦੇ ਵਿਚ 1,11,375 ਮਰੀਜ਼ ਨੇ ਤੇ ਇੱਥੇ ਕੁੱਲ ਮੌਤਾਂ 3,284 ਹੋ ਚੁੱਕੀਆਂ ਨੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਅੱਜ ਐਵਰੇਜ ਦੇ ਹਿਸਾਬ ਨਾਲ ਦੇਖ ਰਹੇ ਹਾਂ ਵੀ ਸਾਡੇ 60 ਲੱਖ ਟੋਟਲ ਮਰੀਜ਼ ਹੋ ਚੁੱਕੇ ਆ ਤੇ 50 ਲੱਖ ਠੀਕ ਵੀ ਹੋ ਚੁੱਕੇ ਆ, 10 ਲੱਖ ਜਿਹੜੇ ਹੈਗੇ ਠੀਕ ਜਿਹੜੇ ਹੈਗੇ ਸਿਰਫ ਐਕਟਿਵ ਮਰੀਜ਼ ਹੈਗੇ ਆ। ਜਿਹੜੇ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਟ੍ਰੈਂਡ ਚੱਲਿਆ ਆ ਰਿਹਾ ਉਹਦੇ ਵਿਚ ਇਹ ਪਤਾ ਲੱਗਿਆ ਕਿ ਭਾਰਤ ਦੇ ਵਿਚ ਜੋ ਰੋਜ਼ਾਨਾ ਮਰੀਜ਼ ਆ ਰਹੇ ਸੀਗੇ 8.73 ਲੱਖ ਮਰੀਜ਼ ਨਵੇਂ ਆ ਰਹੇ ਸੀਗੇ ਤੇ ਠੀਕ ਹੋਣ ਵਾਲੇ 9.16 ਲੱਖ ਮਰੀਜ਼ ਠੀਕ ਹੋ ਰਹੇ ਨੇ। ਇਹਦਾ ਮਤਲਬ ਇਹ ਹੈ ਕਿ 87,438 ਔਸਤਨ ਮਰੀਜ਼ ਡੇਲੀ ਆਏ ਤੇ 91,669 ਮਰੀਜ਼ ਠੀਕ ਹੋਏ ਨੇ ਤੇ ਇਹ ਭਾਰਤ ਦੀ ਜਿਹੜੀ ਸਥਿਤੀ ਹੈ ਹੁਣ ਕਾਫ਼ੀ ਠੀਕ ਵੀ ਹੋ ਰਹੀ ਹੈ ਪਰ ਸਾਡੇ ਜਿਹੜੀ ਜਨਸੰਖਿਆ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਮਰੀਜ਼ ਕਾਫ਼ੀ ਗਿਣਤੀ ਦੇ ਵਿਚ ਆ ਰਹੇ ਨੇ ਜਿਹੜੇ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਨੇ। ਇਹਦੇ ਨਾਲ ਨਾਲ ਜੋ ਆਪਣਾ ਵਿਸ਼ਵ ਸਿਹਤ ਸੰਗਠਨ ਹੈ ਉਹਨੇ ਚੇਤਾਵਨੀ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਮਰੀਜ਼ ਆ ਰਹੇ ਨੇ ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਹਾਲੇ ਤੱਕ ਵੈਕਸੀਨ ਤਿਆਰ ਨਹੀਂ ਹੋਈ ਹੈਗੀ ਤਾਂ ਇਹ ਮੌਤਾਂ ਦੀ ਗਿਣਤੀ ਵੱਧ ਕੇ ਜਿਵੇਂ ਆਪਾਂ 10 ਲੱਖ ਦੀ ਗੱਲ ਕੀਤੀ ਹੈ ਪੂਰੀ ਦੁਨੀਆਂ ਦੇ ਵਿਚ ਇਹ 20 ਲੱਖ ਤੱਕ ਪਹੁੰਚ ਸਕਦੀ ਹੈ। ਇਸ ਨੇ ਪੂਰੀ ਦੁਨੀਆਂ ਨੂੰ ਹੀ ਚਿੰਤਾ ਦੇ ਵਿਚ ਪਾਇਆ ਹੋਇਆ ਤੇ ਦੇਖਦੇ ਹਾਂ ਕਿ ਕਦੋਂ ਵੈਕਸੀਨ ਆਉਂਦੀ ਹੈ। ਵੈਕਸੀਨ ਵੀ ਆਪਾਂ ਪਤਾ ਹੀ ਹੈ ਕਿ ਸਾਰੀਆਂ ਸਰਕਾਰਾਂ ਇਕਜੁੱਟ ਹੋਈ ਹੋਈ ਨੇ ਤੇ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ UN ਦੇ ਵਿਚ ਭਾਸ਼ਣ ਦਿੱਤਾ ਉਹਦੇ ਵਿਚ ਵੀ ਗੱਲ ਕਹੀ ਹੈ ਕਿ ਅਸੀਂ ਵੀ ਵੈਕਸੀਨ ਬਣਾਉਣ ਵਾਸਤੇ ਪੂਰੀ ਦੁਨੀਆਂ ਦਾ ਸਾਥ ਦੇ ਰਹੇ ਹਾਂ ਤੇ UN ਨੇ ਵੀ ਭਾਰਤ ਦੀ ਪ੍ਰਸ਼ੰਸਾ ਕੀਤੀ ਹੈ ਤੇ ਇਹ ਛੇਤੀ ਤੋਂ ਛੇਤੀ ਇਹ ਵੈਕਸੀਨ ਪਹੁੰਚ ਜਾਣੀ ਚਾਹੀਦੀ ਹੈ ਤੇ ਜੇ ਇਹ ਵੈਕਸੀਨ ਪਹੁੰਚੇ ਅਤੇ ਲੋਕਾਂ ਦੀ ਲੱਗਣੀ ਸ਼ੁਰੂ ਹੋਵੇ ਉਦੋਂ ਤੱਕ
ਅੱਜ ਵੀ ਇੱਕ ਵੱਡੇ ਅਖਬਾਰ ਤੇ ਪੂਰੇ ਜਿਹੜਾ ਫੁੱਲ ਪੇਜ ਦਾ ਇਸ਼ਤਿਹਾਰ ਦਿੱਤਾ ਉਹਦੇ ਵਿੱਚ ਇਹੀ ਗੱਲ ਕਹੀ ਹੈ ਕਿ ਜਦੋਂ ਤੱਕ ਸਾਡੇ ਕੋਲ ਵੈਕਸੀਨ ਨਹੀਂ ਹੈਗੀ ਉਦੋਂ ਤੱਕ ਸਾਡੇ ਵਾਸਤੇ ਇੱਕੋ ਇੱਕ ਕਾਰਗਰ ਹਥਿਆਰ ਹੈ ਉਹ ਇਹ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀਏ ਮੂੰਹ ਤੇ ਮਾਸਕ ਰੱਖੀਏ ਤੇ ਵਾਰੀ ਵਾਰੀ ਹੱਥ ਧੋਈਏ ਸੈਨੇਟਾਈਜ਼ਰ ਦਾ ਇਸਤੇਮਾਲ ਕਰੀਏ ਅਫਸੋਸ ਦੀ ਗੱਲ ਇਹ ਹੈ ਕਿ ਲੋਕ ਅੱਜ ਕੱਲ ਕੋਰੋਨਾ ਤੋਂ ਡਰਦੇ ਨਹੀਂ ਹੈਗੇ ਤੇ ਉਹਨਾਂ ਵੱਲੋਂ ਬਹੁਤ ਅਣਗਹਿਲੀਆਂ ਵਰਤੀਆਂ ਜਾ ਰਹੀਆਂ ਨੇ ਇਸ ਕਾਰਨ ਕਾਫੀ ਲੋਕ ਜਿਹੜੇ ਹੈਗੇ ਆ ਬਿਮਾਰ ਹੋ ਰਹੇ ਨੇ ਉਹਦੇ ਨਾਲ ਕੀ ਹੋ ਰਿਹਾ ਬੜੀ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਸਰਕਾਰ ਨੂੰ ਵੀ ਉਹਨਾਂ ਨਾਲ ਜਿਹੜਾ ਹੈਗਾ ਸਮੱਸਿਆ ਪੈਦਾ ਹੋ ਰਹੀ ਹੈ ਕਿਉਂਕਿ ਸਾਡਾ ਹੈਲਥ ਸਿਸਟਮ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੈਗਾ ਜਿੰਨਾ ਪੂਰੀ ਦੁਨੀਆਂ ਦਾ ਹੈਗਾ ਜੇਕਰ ਇਸੇ ਤਰੀਕੇ ਨਾਲ ਗਿਣਤੀ ਦੇ ਵਿੱਚ ਲੋਕ ਵੱਧਦੇ ਰਹੇ ਤਾਂ ਉਹਦੇ ਲਈ ਆਉਣ ਵਾਲੇ ਸਮੇਂ ਚ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ ਜੀ ਇਹ ਤਾਂ ਗੱਲ ਹੈ ਤੇ ਆਹ ਕਹਿੰਦੇ ਜੀ ਨਾਮ ਸੀਗਾ NDA ਨੈਸ਼ਨਲ ਡੈਮੋਕਰੇਟਿਕ ਅਲਾਇੰਸ ਜੀ ਪਰ PM ਨੇ ਕਦੇ ਮੀਟਿੰਗ ਹੀ ਨਹੀਂ ਕੀਤੀ ਇਹ ਹੁਣ ਕਿਉਂ ਯਾਦ ਆਇਆ ਜੀ 7 ਸਾਲਾਂ ਬਾਅਦ ਦੇਖੋ ਗੱਲ ਇਹ ਹੈ ਕਿ ਜਦੋਂ ਤਾਂ ਹੁੰਦੀ ਹੈ ਆਪਸ ਦੇ ਵਿੱਚ ਯਾਰੀ ਉਦੋਂ ਤੱਕ ਦਾ ਬੰਦਾ ਇੱਕ ਦੂਜੇ ਦੀ ਮਤਲਬ ਪ੍ਰਸ਼ੰਸਾ ਕਰਦੇ ਆ ਜਿਵੇਂ ਕਹਿ ਦਿੰਦੇ ਆ ਵੀ ਸੱਜਾ ਹੱਥ ਖੱਬੇ ਨੂੰ ਧੋਂਦਾ ਖੱਬਾ ਹੱਥ ਸੱਜੇ ਨੂੰ ਧੋਂਦਾ ਤੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹੁਣ ਸੜਕ ਦੇ ਟੁੱਟ ਗਈ ਆ ਤੇ ਟੁੱਟਣ ਕਰਕੇ ਹੁਣ ਭਾਜਪਾ ਨੂੰ ਅਕਾਲੀ ਦਲ ਦੇ ਵਿਚ ਤਰੁਟੀਆਂ ਲੱਭ ਰਹੀਆਂ ਨੇ ਤੇ ਅਕਾਲੀ ਦਲ ਨੂੰ ਭਾਜਪਾ ਦੇ ਵਿਚ ਤਰੁਟੀਆਂ ਲੱਭ ਰਹੀਆਂ ਨੇ ਤੇ ਇਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿਚ ਸਾਨੂੰ ਅਜਿਹੀਆਂ ਗੱਲਾਂ ਲਗਾਤਾਰ ਸੁਣਨੀਆਂ ਪੈਣੀਆਂ ਹੈਗੀਆਂ ਤੇ ਸੁਖਬੀਰ ਸਿੰਘ ਬਾਦਲ ਨੇ ਇਕ ਵੱਡੀ ਅਖਬਾਰ ਨੂੰ ਇੰਟਰਵਿਊ ਦਿੱਤੀ ਹੈ ਉਹਦੇ ਵਿਚ ਇਹ ਗੱਲ ਕਹੀ ਹੈ ਕਿ ਜੋ ਕੌਮੀ ਜਮਹੂਰੀ ਗਠਜੋੜ ਹੈ ਉਹ ਕਹਿਣ ਦਾ ਹੀ ਇਕ ਗਠਜੋੜ ਸੀਗਾ ਉਹਦੇ ਵਿਚ ਕਦੇ ਵੀ ਪ੍ਰਧਾਨ ਮੰਤਰੀ ਨੇ ਜਾਂ ਪਾਰਟੀ ਦੇ ਪ੍ਰਧਾਨ ਨੇ ਸਾਰੀਆਂ ਪਾਰਟੀਆਂ ਨੂੰ ਲੈ ਕੇ ਮੀਟਿੰਗਾਂ ਹੀ ਨਹੀਂ ਕੀਤੀਆਂ ਮਹੱਤਵਪੂਰਨ ਮੁੱਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਉੱਤੇ ਕਦੇ ਗੱਲਬਾਤ ਨਹੀਂ ਕੀਤੀ ਹੈਗੀ ਤੇ ਇਹੀ ਕਾਰਨ ਹੈ ਕਿ ਜਿਹੜੀ ਛੋਟੀਆਂ ਪਾਰਟੀਆਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਤੇ ਉਹ ਇਸ ਤੋਂ ਨਿਰਾਸ਼ ਹੋਈਆਂ ਨੇ ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਭਾਰਤ ਜਿਹੜਾ ਅਕਾਲੀ ਦਲ ਹੈ ਉਹ ਪੰਜਾਬ ਦੇ ਵਿਚ ਭਾਰਤੀ ਜਨਤਾ ਪਾਰਟੀ ਦਾ ਵੱਡੀ ਭਾਈਵਾਲ ਪਾਰਟੀ ਸੀਗੀ ਤੇ ਜਦੋਂ ਵੀ ਕੋਈ ਵੀ ਮਹੱਤਵਪੂਰਨ ਮੁੱਦਾ ਹੁੰਦਾ ਸੀਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਉਸ ਦੇ ਉੱਤੇ ਗੱਲਬਾਤ ਕਰਦੇ ਸੀਗੇ ਤੇ ਕਦੇ ਵੀ ਜੇ ਗਵਰਨਰ ਨੂੰ ਕੋਈ ਮੰਗ ਪੱਤਰ ਦੇਣ ਜਾਣ ਦਾ ਹੁੰਦਾ ਸੀ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਅਫਸੋਸ ਦੀ ਗੱਲ ਇਹ ਹੈ ਕਿ ਕਹਿੰਦਾ ਵੀ ਕੇਂਦਰ ਦੇ ਵਿਚ ਕਦੇ ਵੀ ਇਸ ਗੱਲ ਨੂੰ ਦੇਖਿਆ ਨਹੀਂ ਗਿਆ ਹਮੇਸ਼ਾ ਹੀ ਛੋਟੀਆਂ ਪਾਰਟੀਆਂ ਨੂੰ ਅਣਗੌਲਿਆ ਕੀਤਾ ਗਿਆ ਤੇ ਦੇਖੋ ਗੱਲ ਇਹ ਹੈ ਕਿ ਇਹ ਠੀਕ ਹੈ ਕਿ ਅਣਗੌਲਿਆ ਕੀਤਾ ਗਿਆ ਪਰ ਇਹ ਗੱਲ ਪਹਿਲਾਂ ਕਹਿਣੀ ਚਾਹੀਦੀ ਸੀ ਇਸ ਗੱਲ ਨੂੰ ਪਹਿਲਾਂ ਉਠਾਉਣਾ ਚਾਹੀਦਾ ਸੀਗਾ ਤੇ ਇਹ ਜਦੋਂ ਪਹਿਲਾਂ ਨਹੀਂ ਉਠਾਇਆ ਗਿਆ ਇਹੀ ਕਾਰਨ ਹੈ ਕਿ ਇਹ ਜਿਹੜੇ 3 ਬਿੱਲ ਜਿਹੜੇ ਹੈਗੇ ਆ ਆਰਡੀਨੈਂਸ ਪਹਿਲਾਂ ਆਏ ਸਾਹਮਣੇ ਫਿਰ ਉਹ ਬਿੱਲਾਂ ਦਾ ਰੂਪ ਧਾਰਨ ਕਰਕੇ ਤੇ ਹੁਣ ਉਹ ਕਾਨੂੰਨ ਦਾ ਰੂਪ ਧਾਰਨ ਕਰਕੇ ਪਿਆ ਜੇਕਰ ਇਹ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਪਹਿਲਾਂ ਹੀ ਆਵਾਜ਼ ਉਠਾਉਂਦੀਆਂ ਹੁੰਦੀਆਂ ਤਾਂ ਇਹਦੇ ਨਾਲ ਜਿਹੜਾ ਅਕਾਲੀ ਦਲ ਦਾ ਵੀ ਜਿਹੜਾ ਹੈਗਾ ਇੱਥੇ ਚੰਗਾ ਅਸਰ ਰੂਪ ਬਣਨਾ ਸੀਗਾ ਕਿ ਇਹ ਮੌਕੇ ਦੇ ਉੱਤੇ ਇਹ ਪਾਰਟੀ ਸਿਰਫ ਜਿਹੜਾ ਹੈਗਾ ਜਿਹੜੇ ਲੋਕ ਹਿੱਤਾਂ ਦੀ ਗੱਲ ਕਰਦੀ ਆਈ ਹੈ ਪਰ ਦੇਖਣ ਵਿਚ ਇਹ ਆਇਆ ਕਿ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਇਕ ਖੇਤਰੀ ਪਾਰਟੀ ਦੇ ਰੂਪ ਵਿਚ ਇਕ ਸਾਰੀ ਖੇਤਰੀ ਪਾਰਟੀਆਂ ਦਾ ਇਕ ਲੰਬਰਦਾਰ ਦਲ ਸੀਗਾ ਤੇ ਇਹਦੇ ਬਾਰੇ ਇਹ ਗੱਲ ਮਸ਼ਹੂਰ ਹੁੰਦੀ ਸੀਗੀ ਕਿ ਇਹ ਵੱਧ ਅਧਿਕਾਰਾਂ ਦੀ ਗੱਲ ਕਰਦਾ ਪਰ ਪਿਛਲੇ ਸਮੇਂ ਤੋਂ ਦੇਖਿਆ ਕਿ ਇਹ ਪਰਿਵਾਰਵਾਦ ਦੇ ਉੱਤੇ ਸੀਮਤ ਰਹਿ ਗਿਆ ਸੀਗਾ ਸਿਰਫ ਤੇ ਸਿਰਫ ਆਪਣੀ ਹੀ ਕੁਰਸੀ ਵੱਲ ਦੇਖਿਆ ਜਾਂਦਾ ਸੀਗਾ ਸੂਬੇ ਦੇ ਹਿੱਤਾਂ ਨੂੰ ਅਣਗਲਦਿਆ ਕੀਤਾ ਜਾਂਦਾ ਸੀਗਾ ਤਾਂ ਹੀ ਇਹ ਸਾਰੀ ਜਿਹੜਾ ਅਕਾਲੀ ਦਲ ਦੀ ਸਾਖ ਖਰਾਬ ਹੋਈ ਹੈ ਖੈਰ ਹੁਣ ਦੇਖਦੇ ਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਹੁਣ ਜਿਹੜਾ ਕੌਮੀ ਜਮਹੂਰੀ ਗਠਜੋੜ ਦਾ ਹੱਥ ਛੱਡਿਆ ਤੇ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਹਿੱਤਾਂ ਦੀ ਕਿੰਨੀ ਕੁ ਗੱਲ ਕਰਦਾ ਜੇਕਰ ਪਹਿਲਾਂ ਵਾਂਗੂ ਹੀ ਪਰਿਵਾਰਵਾਦ ਤੱਕ ਸੀਮਤ ਰਹੀ ਤਾਂ ਲੋਕਾਂ ਦੇ ਵਿਚ ਜਿਹੜਾ ਹੈਗਾ ਇਹ ਜਿਹੜੀ ਗੱਲ ਪ੍ਰਭਾਵ ਬਣਿਆ ਹੋਇਆ ਕਿ ਬਾਦਲ ਪਰਿਵਾਰ ਤੱਕ ਇਹ ਸੀਮਤ ਰਹਿ ਗਿਆ ਅਕਾਲੀ ਦਲ ਉਹ ਹੋਰ ਜ਼ਿਆਦਾ ਪੱਕਾ ਹੋਜੂਗਾ ਤੇ ਉਹਦਾ ਖਮਿਆਜਾ 2022 ਦੀਆਂ ਚੋਣਾਂ ਦੇ ਵਿਚ ਵੀ ਉਹਨੂੰ ਭੁਗਤਣਾ ਪੈ ਸਕਦਾ ਉਹ ਕਹਿੰਦਾ ਜਿਸ ਦਿਨ ਦਾ ਦੀਦਾਰ ਹੋ ਗਿਆ ਸਹੁੰ ਰੱਬ ਦੀ ਬੜਾ ਪਿਆਰ ਹੋ ਗਿਆ ਹੋਰ ਕਿਤੇ ਵੀ ਨਜ਼ਰ ਨਹੀਂ ਜਾਂਦੀ ਰਹਿੰਦੀ ਨਿਗਾਹ ਬਨੇਰੇ ਤੇ
ਅਸੀਂ ਤਾਂ ਆਪਣੀ ਗਹਿਤੀ ਸੋਹਣੀ ਬਾਕੀ ਛੱਡੀਆਂ ਤੇਰੇ ਤੇ। ਐਂ ਜੇ ਹੋ ਗਿਆ ਜੀ ਭਾਜਪਾ ਦਾ ਅਕਾਲੀ ਦਲ ਨਾਲੋਂ ਹੁਣ ਅੱਖ ਕਿਤੇ ਹੋਰ ਹੈ। ਦੇਖੋ ਇਸ ਸਮੇਂ ਦੋਨੇ ਹੀ ਸਿਆਸੀ ਪਾਰਟੀਆਂ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਅਕਾਲੀ ਦਲ ਹੈ, ਇਹ ਤਾਂ ਗੱਲ ਹੁਣ ਪੱਕੀ ਹੋ ਚੁੱਕੀ ਹੈ ਕਿ ਇਹਨਾਂ ਪਾਰਟੀਆਂ ਦਾ ਦੁਬਾਰਾ ਗਠਜੋੜ ਹੋਣ ਵਾਲਾ ਨਹੀਂ ਹੈਗਾ। ਤੇ ਜੋ ਅਕਾਲੀ ਦਲ ਹੈ ਉਸ ਨੂੰ ਹੁਣ ਕਿਸੇ ਹੋਰ ਪਾਰਟੀ ਵੱਲ ਧਿਆਨ ਦੇਣਾ ਪਊਗਾ ਜਿਹੜੀ ਜਿਸ ਨਾਲ ਉਹ ਗਠਜੋੜ ਬਣਾ ਦੇਵੇ। ਉਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਸੇ ਹੋਰ ਪਾਰਟੀ ਦੇ ਨਾਲ ਗਠਜੋੜ ਕਰਨਾ ਪਊਗਾ। ਗੱਲਾਂ ਤਾਂ ਇਹ ਵੀ ਹੋ ਰਹੀਆਂ ਨੇ ਪਰ ਹਕੀਕਤ ਹੈ ਜਾਂ ਨਹੀਂ ਹੈ ਇਹ ਇੱਕ ਬਾਤ ਅਲੱਗ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵੀ ਰਲ ਕੇ ਪੰਜਾਬ ਦੇ ਵਿਚ ਚੋਣਾਂ ਲੜ ਸਕਦੇ ਆ। ਤੇ ਲੋਕ ਤਾਂ ਇਹ ਕੁਛ ਜਿਹੜੇ ਹੈਗੇ ਸਿਆਸਤ ਆਪਾਂ ਸਿਆਸੀ ਮਾਹਰ ਕਹਿੰਦੇ ਆ ਵੀ ਇਹ ਗੱਲ ਸੰਭਵ ਨਹੀਂ ਹੈ, ਪਰ ਸਿਆਸਤ ਦੇ ਵਿਚ ਆਪਾਂ ਦੇਖਿਆ ਕਿ ਦੋਸਤ ਤੇ ਦੁਸ਼ਮਣ ਦਾ ਇੱਕ ਵਾਰ ਜਿੰਨਾ ਫਰਕ ਹੈ ਤੇ ਇਸ ਤਰੀਕੇ ਨਾਲ ਬਹੁਤ ਵਾਰੀ ਆਪਾਂ ਸੰਭਵ ਹੋਇਆ ਦੇਖਿਆ ਜਿਵੇਂ ਆਪਾਂ ਮਹਾਰਾਸ਼ਟਰ ਦੇ ਵਿਚ ਦੇਖ ਰਿਹਾ ਕਾਂਗਰਸ ਤੇ ਸ਼ਿਵ ਸੈਨਾ ਦੇ ਵਿਚ ਕਦੇ ਵੀ ਆਪਾਂ ਸੋਚ ਨਹੀਂ ਸਕਦੇ ਸੀ ਕਿ ਇਹਨਾਂ ਦਾ ਗਠਜੋੜ ਹੋ ਸਕਦਾ ਪਰ ਉੱਥੇ ਹੋਇਆ। ਤੇ ਇਹ ਜਿਹੜਾ ਹੈਗਾ ਇਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੇਜਰੀਵਾਲ ਹੈ ਉਹਨਾਂ ਬਾਰੇ ਵੀ ਕਈ ਤਰ੍ਹਾਂ ਦੇ ਜਿਹੜੇ ਹੈਗਾ ਸਵਾਲ ਉੱਠਦੇ ਆਇਆ ਕਿ ਉਹਨਾਂ ਦਾ ਸਬੰਧ ਵੀ ਆਰ ਐਸ ਐਸ ਦੇ ਨਾਲ ਰਿਹਾ ਕਿ ਨਹੀਂ ਰਿਹਾ, ਪਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਇਲਜ਼ਾਮ ਲਗਾਇਆ। ਜੇਕਰ ਉਹਨਾਂ ਨੇ ਕਦੇ ਐ ਨਹੀਂ ਕਿਹਾ ਵੀ ਨਹੀਂ ਰਿਹਾ, ਹਾਂ ਉਹਨਾਂ ਨੇ ਵੀ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਹੈਗਾ। ਤੇ ਇਸ ਤਰੀਕੇ ਨਾਲ ਜਿਹੜੀ ਆ ਉਹ ਭੂਮਿਕਾ ਵਿਚੋਲੇ ਦੀ ਭੂਮਿਕਾ ਆਰ ਐਸ ਐਸ ਵੀ ਨਿਭਾ ਸਕਦੀ ਹੈ ਜੇਕਰ ਸਮਾਂ ਹੋ ਤੇ। ਵਿਚੋਲੇ ਦੀ ਕੀ ਜੀ, ਸਾਰੇ ਕਰਤੇ ਧਰਤੇ ਹੋਣਗੇ ਉਹ ਤਾਂ ਉਹ ਜਿਹਾ ਵਿਆਹ ਹੋਊਗਾ, ਜਿਹੜੇ ਉਹ ਨਹੀਂ ਹੁੰਦੇ ਉਹ ਦੂਜੇ ਵਿਆਹ ਹੁੰਦੇ ਆ ਸਮੂਹਿਕ ਵਿਆਹ ਵੀ ਅਗਲਾ ਨੇ ਸਾਰਾ ਅਰੇਂਜ ਕਰਨਾ ਹੁੰਦਾ, ਗਾਂ ਨੇ ਕਹਿਣਾ ਹੁੰਦਾ ਮੁੰਡਾ ਕੁੜੀ ਤੁਹਾਡੇ ਚਾਹੀਦੇ ਬਾਕੀ ਦਾ ਸਾਰਾ ਕੁਛ ਸਾਡਾ ਹੀ ਹੈ ਟੈਂਟ ਵੀ ਸਾਡਾ ਤੇ ਗ੍ਰੰਥੀ ਵੀ ਜਾਂ ਹੋਰ ਵੀ ਸਾਰਾ ਸਮਾਨ। ਮੈਨੂੰ ਲੱਗਦਾ ਸਮੂਹਿਕ ਵਿਆਹ ਵਾਲਾ ਕੰਮ ਕਰਨਗੇ ਜੀ ਉਹ ਆਰ ਐਸ ਐਸ ਵਾਲੇ, ਸਾਰੀ ਪਲਾਨਿੰਗ ਤਾਂ ਉਹਨਾਂ ਦੀ ਹੋਈ ਹੈ ਨਾ ਕੀਤੀ ਗਈ। ਇਹ ਗੱਲ ਜੋ ਕੁਛ ਤੁਸੀਂ ਕਿਹਾ ਬਿਲਕੁਲ ਸਹੀ ਕਿਹਾ ਤੇ ਇਸ ਤਰੀਕੇ ਦੀ ਨਾਲ ਸੰਭਾਵਨਾਵਾਂ ਹੋ ਸਕਦੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਸਤੇ ਤਾਂ ਹੁਣ ਪੰਜਾਬ ਦੇ ਵਿਚ ਪੈਰ ਰੱਖਣ ਵਾਸਤੇ ਕੋਈ ਜਗ੍ਹਾ ਹੈ ਹੀ ਨਹੀਂ ਹੈਗੇ। ਉਹਦਾ ਕਾਰਨ ਇਹ ਹੈ ਕਿ ਇਸ ਸਮੇਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੀਆਂ ਨੇ ਤੇ ਜਿੰਨੀਆਂ ਵੀ ਪਾਰਟੀਆਂ ਨੇ ਸਿਰਫ ਭਾਜਪਾ ਨੂੰ ਛੱਡ ਕੇ ਉਹ ਜਿਹੜੀ ਹੈਗਾ ਤਿੰਨੇ ਜਿਹੜੇ ਕਿਸਾਨ ਬਿੱਲ ਨੇ ਉਹਨਾਂ ਦੇ ਖਿਲਾਫ ਨੇ, ਉਹਨਾਂ ਵੱਲੋਂ ਐਜੀਟੇਸ਼ਨਾਂ ਕੀਤੀ ਜਾ ਰਹੀਆਂ ਨੇ ਤੇ ਜਿਹੜੇ ਪੰਜਾਬ ਦੇ ਲੋਕ ਵੀ ਨੇ ਉਹ ਭਾਰਤੀ ਜਨਤਾ ਪਾਰਟੀ ਤੋਂ ਕਾਫੀ ਨਾਰਾਜ਼ ਨੇ। ਇਹ ਸਿਰਫ ਇਹ ਨਹੀਂ ਹੈਗੇ ਪੇਂਡੂ ਇਲਾਕੇ ਦੇ ਲੋਕ ਹੀ ਜਿਹੜੇ ਹੈਗੇ ਇਹਨਾਂ ਤੋਂ ਨਾਰਾਜ਼ ਨੇ, ਜਿਹੜੇ ਸ਼ਹਿਰੀ ਇਲਾਕੇ ਦੇ ਵਿਚ ਨੇ ਖਾਸ ਤੌਰ ਤੇ ਆੜ੍ਹਤੀ ਭਾਈਚਾਰਾ ਤੇ ਇੱਕ ਅਨੁਮਾਨ ਦੇ ਮੁਤਾਬਿਕ 28,000 ਆੜ੍ਹਤੀ ਰਜਿਸਟਰਡ ਨੇ, 28,000 ਦੇ ਨਾਲ ਨਾਲ ਉਹਨਾਂ ਵਿਚੋਂ ਦੋ ਦੋ ਚਾਰ ਚਾਰ ਉਹਨਾਂ ਦੇ ਮੁਨਸ਼ੀ ਵੀ ਲੱਗੇ ਹੋਏ ਨੇ ਤੇ ਮੁਨਸ਼ੀਆਂ ਦੇ ਨਾਲ ਨਾਲ ਹੋਰ ਵੀ ਜਿਹੜੇ ਹੈਗਾ ਜਿਹੜੇ ਚਾਹੇ ਆਪਾਂ ਸੇਵਾ ਪੱਲੇਦਾਰ ਹੋ ਗਏ ਜਾਂ ਹੋਰ ਵਿਚਾਰੇ ਪੱਲੇਦਾਰ ਹੈਗਾ ਬਹੁਤ, ਉਹਦੇ ਨਾਲ ਜਦੋਂ ਇਹ ਬਿੱਲ ਲਾਗੂ ਹੋ ਜਾਣਗੇ ਤੇ ਹੌਲੀ ਹੌਲੀ ਜਦੋਂ ਅਮਲ ਦੇ ਵਿਚ ਆ ਜਾਣਗੇ ਕੱਲੇ 38,000 ਜਿਹੜੇ ਆੜ੍ਹਤੀ ਨੇ ਉਹਨਾਂ ਦੇ ਪਰਿਵਾਰ ਵੀ 5-5, 6-6 ਜੀ ਉਸ ਤੋਂ ਪ੍ਰਭਾਵਿਤ ਹੋਣਗੇ। ਜਿਹੜੇ ਇਸੇ ਤਰੀਕੇ ਨਾਲ ਆਪਾਂ ਜਿਵੇਂ ਮੁਨਸ਼ੀਆਂ ਦੀ ਗੱਲ ਕੀਤੀ ਹੈ ਤਾਂ ਤਕਰੀਬਨ 50-60,000 ਮੁਨਸ਼ੀ ਪ੍ਰਭਾਵਿਤ ਹੋਣਗੇ, ਪੱਲੇਦਾਰ ਪ੍ਰਭਾਵਿਤ ਹੋਣਗੇ। ਤਾਂ ਇਸ ਗੱਲ ਕਰਕੇ ਜਿਹੜੇ ਹੈਗਾ ਆਪਾਂ ਜਿਹੜੇ ਸ਼ਹਿਰੀ ਮਤਲਬ ਖਾਸ ਤੌਰ ਆੜ੍ਹਤੀ ਭਾਈਚਾਰੀ ਹੈ ਉਹ ਵੀ ਇਹਨਾਂ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ। ਖੈਰ ਦੂਜੇ ਪਾਸੇ ਜਿਹੜਾ ਅਕਾਲੀ ਦਲ ਹੈ, ਅਕਾਲੀ ਦਲ ਵਾਸਤੇ ਹੁਣ ਹਾਲੇ ਕੋਈ ਵੀ ਪਾਰਟੀ ਅਜਿਹੀ ਨਹੀਂ ਹੈਗੀ ਜਿਹਦੇ ਨਾਲ ਉਹ ਗਠਜੋੜ ਕਰਨ, ਉਹਨਾਂ ਨੂੰ ਸਿਰਫ ਸਿਰਫ ਇੱਕ ਬਹੁਜਨ ਸਮਾਜ ਪਾਰਟੀ ਨਜ਼ਰ ਆ ਰਹੀ ਹੈ। ਤੇ ਕਿਉਂਕਿ ਬਹੁਜਨ ਸਮਾਜ ਪਾਰਟੀ ਨਾਲ ਪਹਿਲਾਂ ਵੀ ਕਈ ਵਾਰ ਗਠਜੋੜ ਹੋਇਆ ਤੇ ਜੇਕਰ ਗਠਜੋੜ ਨਹੀਂ ਵੀ ਹੋਇਆ ਹੈ ਤਾਂ ਕਈ ਤਰੀਕਿਆਂ ਦੇ ਨਾਲ ਲੈਣ ਦੇਣ ਦੇ ਨਾਲ ਜਿਹੜੇ ਹੈਗਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਖੜਦੇ ਰਹੇ ਨੇ ਤਾਂ ਜੋ ਕਾਂਗਰਸ ਦੀ ਜਿਹੜੀ ਹੈ ਦਲਿਤ ਵੋਟ ਨੂੰ ਕੱਟਿਆ ਜਾ ਸਕੇ। ਤੇ ਹੁਣ ਇਹ ਹੈ ਕਿ ਦੋਨਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ ਤਾਂ ਹੋ ਸਕਦਾ ਹੈ ਕਿ ਇਹ ਗਠਜੋੜ ਹੋ ਜਾਵੇ। ਤੇ ਜਿਹੜੀਆਂ ਕਿਹੜੀਆਂ ਕਿਹੜੀਆਂ ਸ਼ਰਤਾਂ ਹੁੰਦੀਆਂ ਨੇ ਇਹ ਇੱਕ ਬਾਅਦ ਦੀ ਗੱਲ ਹੈ, ਪਰ ਲੱਗਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਗੱਲ ਆਪਾਂ ਪਹਿਲਾਂ ਵੀ ਕਹੀ ਹੈ ਕਿ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦਾ ਗਠਜੋੜ ਸੰਭਵ ਹੈ। ਜੀ
ਉਹ ਤਾਂ ਹੋ ਸਕਦਾ ਜੀ ਹੁਣ ਬਹੁਜਨ ਸਮਾਜ ਪਾਰਟੀ ਵਾਲੇ ਵੀ ਵਾਹਵਾ ਸਰਗਰਮ ਹੋ ਗਿਆ ਅੱਜ ਬਠਿੰਡੇ ਵੀ ਰੈਲੀ ਕਰੀ ਬੈਠੇ ਸੀ ਬੰਦੇ ਤਾਂ ਇਲੈਕਸ਼ਨ ਚ ਨਹੀਂ ਕਰਦੇ ਹੁੰਦੇ ਸੀਗੇ ਰੈਲੀ ਅੱਗੇ ਦੇਖੋ ਪਿਛਲੇ ਆਪਾਂ ਜਿਹੜੀਆਂ ਲੋਕ ਸਭਾ ਚੋਣਾਂ ਦੇਖੋ ਤਾਂ ਉਹਦੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿਚ ਹਰੇਕ ਜਿਹੜੀ ਵਿਧਾਨ ਸਭਾ ਸੀਟ ਹੈ ਉਹਦੇ ਵਿਚ 5,000 ਤੋਂ ਲੈ ਕੇ 20,000 ਵੋਟਾਂ ਬਹੁਜਨ ਸਮਾਜ ਪਾਰਟੀ ਦੀਆਂ ਰਹੀਆਂ ਨੇ ਖਾਸ ਤੌਰ ਤੇ ਜਿਹੜਾ ਦੁਆਬੇ ਦਾ ਇਲਾਕਾ ਉਥੇ ਬਹੁਜਨ ਸਮਾਜ ਪਾਰਟੀ ਦਾ ਕਾਫ਼ੀ ਪ੍ਰਭਾਵ ਹੈ ਉਥੇ ਕਈ ਥਾਵਾਂ ਦੇ ਉਤੇ 15,000 ਕਈ ਥਾਵਾਂ ਦੇ 20,000 ਵੋਟਾਂ ਵੀ ਇਨ੍ਹਾਂ ਨੂੰ ਹਾਸਲ ਹੁੰਦੀਆਂ ਰਹੀਆਂ ਨੇ ਤੇ ਇਸ ਤਰੀਕੇ ਨਾਲ ਜੇ ਉਹ 10-12 ਸੀਟਾਂ ਦੇ ਉਤੇ ਵੀ ਆਪਣਾ ਪ੍ਰਭਾਵ ਕਾਇਮ ਕਰ ਲੈਂਦੇ ਆ ਤਾਂ ਇਹ ਇਕ ਬਹੁਤ ਵੱਡੀ ਗੱਲ ਹੋ ਸਕਦੀ ਹੈ ਤੇ ਜਿਹੜਾ ਹੈਗਾ ਉਸ ਵੋਟ ਦੇ ਨਾਲ ਅਕਾਲੀ ਦਲ ਨੂੰ ਵੀ ਫਾਇਦਾ ਹੋ ਸਕਦਾ ਤੇ ਅਕਾਲੀ ਦਲ ਦੀ ਵੋਟ ਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਵੀ ਫਾਇਦਾ ਹੋ ਸਕਦਾ ਤੇ ਦੂਜੀ ਗੱਲ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਲੰਮੇ ਸਮੇਂ ਤੋਂ ਉਸ ਨੂੰ ਇਹ ਨਹੀਂ ਮਿਲੇ ਹੈਗੇ ਆਪਣਾ ਉਹਦਾ ਕੋਈ ਵਿਧਾਇਕ ਨਹੀਂ ਬਣਿਆ ਹੈਗਾ ਐਮ ਪੀ ਨੇ ਬਣਿਆ ਉਹ ਉਦੋਂ ਹੀ ਬਣੇ ਨੇ ਜਦੋਂ ਉਨ੍ਹਾਂ ਦਾ ਅਕਾਲੀ ਦਲ ਦੇ ਨਾਲ ਗਠਜੋੜ ਸੀਗਾ ਤਾਂ ਉਸ ਸਮੇਂ ਇਹ ਕਾਫ਼ੀ ਜਿਹੜਾ ਹੈਗਾ ਬਹੁਜਨ ਸਮਾਜ ਪਾਰਟੀ ਦੀ ਪੂਰੇ ਪੰਜਾਬ ਦੇ ਵਿਚ ਬੱਲੇ ਬੱਲੇ ਹੋ ਗਈ ਸੀਗੀ ਹੁਣ ਬਿਲਕੁਲ ਪੰਜਾਬ ਦੇ ਵਿਚ ਉਹ ਮੰਥੀ ਹੋਈ ਹੋਈ ਹੈ ਹਾਸ਼ੀਏ ਤੇ ਗਈ ਹੋਈ ਹੈ ਉਸ ਨੂੰ ਵੀ ਲੋੜ ਹੈ ਕਿ ਕਿਸੇ ਵੱਡੀ ਪਾਰਟੀ ਦੇ ਨਾਲ ਗਠਜੋੜ ਕਰਕੇ ਚੱਲੇ ਜੀ ਜੀ ਇਹ ਵੀ ਗੱਲ ਹੈ ਕਿ ਹੁਣ ਗਠਜੋੜ ਦੀ ਸਰ ਪਾਸੇ ਸਿਆਸਤ ਹੈ ਔਰ ਚੱਲਦਾ ਕੀ ਹੈ ਆਪਾਂ ਨੂੰ ਪਤਾ ਹੀ ਹੈ ਜੀ ਉਹ ਕਹਿੰਦੇ ਜੀ ਆਖਰੀ ਸਤੰਭ ਡਿੱਗ ਪਿਆ ਐਨ ਡੀ ਏ ਵਾਲਿਆਂ ਦਾ ਜਿਹੜੀ ਸ਼ਿਵ ਸੈਨਾ ਜੀ ਉਹ 20-ਕੌਮੀ ਜਮਹੂਰੀ ਗਠਜੋੜ ਦੀ ਇੱਕ ਅਹਿਮ ਕੜੀ ਹੁੰਦੀ ਸੀਗੀ ਤੇ ਉਹ ਵੀ ਕੌਮੀ ਜਮਹੂਰੀ ਗਠਜੋੜ ਦਾ ਇੱਕ ਹਿੱਸਾ ਹੁੰਦੀ ਸੀਗੀ ਹੁਣ ਜਿਵੇਂ ਅਕਾਲੀ ਦਲ ਵੱਲੋਂ ਜਿਹੜਾ ਇਸ ਤੋੜ ਵਿਛੋੜਾ ਕੀਤਾ ਗਿਆ ਉਸ ਨੂੰ ਦੇਖਦੇ ਹੋਏ ਸ਼ਿਵ ਸੈਨਾ ਨੇ ਜਿਹੜਾ ਆਪਣਾ ਉਹਦਾ ਮੈਗਜ਼ੀਨ ਹੈ ਸਾਹਮਣਾ ਉਹਦੇ ਵਿਚ ਐਡੀਟੋਰੀਅਲ ਲਿਖਿਆ ਤੇ ਉਹਦੇ ਵਿਚ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਉਹਦਾ ਇੱਕ ਆਖਰੀ ਸਤੰਭ ਸੀਗਾ ਉਹ ਵੀ ਡਿੱਗ ਗਿਆ ਤੇ ਉਹਨੇ ਨਾਲ ਨਾਲ ਇਹ ਗੱਲ ਵੀ ਕਹੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਹੈ ਉਸ ਨੇ ਅਕਾਲੀ ਦਲ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈਗੀ ਜਦੋਂ ਉਨ੍ਹਾਂ ਨੇ ਅਸਤੀਫੇ ਦੀ ਗੱਲ ਕੀਤੀ ਆ ਤਾਂ ਫਟਾਫਟ ਉਹ ਅਸਤੀਫਾ ਸਵੀਕਾਰ ਕਰ ਦਿੱਤਾ ਤੇ ਉਸ ਤੋਂ ਤਾਂ ਇਹੀ ਪ੍ਰਭਾਵ ਮਿਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਅਕਾਲੀ ਦਲ ਤੋਂ ਕਿਸੇ ਤਰੀਕੇ ਨਾਲ ਖੜਾ ਛਡਾਉਣ ਨੂੰ ਫਿਰਦੀ ਸੀਗੀ ਪਰ ਨਾਲ ਨਾਲ ਉਨ੍ਹਾਂ ਨੇ ਇਹ ਜਿਹੜੇ ਸਾਹਮਣਾ ਦੇ ਵਿਚ ਇਹ ਗੱਲ ਵੀ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਸ ਤਰੀਕੇ ਦੇ ਨਾਲ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਅਕਾਲੀ ਦਲ ਵੀ ਚਲੇਗਾ ਸ਼ਿਵ ਸੈਨਾ ਵੀ ਚਲੇਗੀ ਹੋਰ ਵੀ ਕਈ ਪਾਰਟੀਆਂ ਇਸ ਕੌਮੀ ਜਮਹੂਰੀ ਗਠਜੋੜ ਦੇ ਵਿਚੋਂ ਨਿਕਲਦੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਚ ਇਹਦਾ ਪ੍ਰਭਾਵ ਕੇਂਦਰੀ ਰਾਜਨੀਤੀ ਦੇ ਉੱਤੇ ਵੀ ਕਾਫ਼ੀ ਪਊਗਾ ਕਾਫ਼ੀ ਇਸ ਤਰੀਕੇ ਨਾਲ ਪਊਗਾ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹੈ ਉਹ ਕੁਛ ਹੱਦ ਤੱਕ ਇਸ ਗੱਲ ਕਰਕੇ ਵੀ ਰੁਕਿਆ ਹੋਇਆ ਸੀਗਾ ਕਿਉਂਕਿ ਕੁਛ ਜਿਹੜੀਆਂ ਛੋਟੀਆਂ ਪਾਰਟੀਆਂ ਸੀਗੀਆਂ ਉਹਨਾਂ ਦੀ ਇਸ ਗੱਲ ਦੇ ਉੱਤੇ ਇਤਰਾਜ਼ ਹੁੰਦਾ ਸੀਗਾ ਕਿ ਇਹ ਪਾਰਟੀ ਹਿੰਦੂਵਾਦੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਹੁਣ ਜਿਵੇਂ ਅਕਾਲੀ ਦਲ ਹੀ ਖਤਮ ਜਿਹੜਾ ਹੈਗਾ ਇਸ ਐਨ ਡੀ ਏ ਦੇ ਵਿਚ ਚਲਿਆ ਗਿਆ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਖੁੱਲ ਹੋਊਗੀ ਕਿ ਉਹ ਕਿਸ ਆਪਣਾ ਕੋਈ ਵੀ ਏਜੰਡਾ ਉਹ ਲਾਗੂ ਕਰ ਸਕਦੀ ਹੈ ਇਹਦੇ ਨਾਲ ਨਾਲ ਇਕ ਹੋਰ ਨਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਸੀਗਾ ਹੁਣ ਉਸ ਨੇ ਕੌਮੀ ਜਮਹੂਰੀ ਗਠਜੋੜ ਤੋਂ ਮਤਲਬ ਤਲਾਂਜਲੀ ਦੇ ਦਿੱਤੀ ਹੈ ਹੁਣ ਕੇਂਦਰ ਦੇ ਵਿਚ ਉਸ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੋਊਗੀ ਨਾ ਤਾਂ ਉਹ ਜਿਹੜਾ ਹੈ ਕਾਂਗਰਸ ਦੀ ਅਗਵਾਈ ਦੇ ਵਿਚ ਜਾ ਸਕਦੀ ਹੈ ਤੇ ਉਹ ਆਉਣ ਵਾਲੇ ਸਮੇਂ ਦੇ ਵਿਚ ਕੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਕਿਸੇ ਤੀਜੇ ਬਦਲ ਦੀ ਮਤਲਬ ਕੋਈ ਰੂਪ ਰੇਖਾ ਤਿਆਰ ਕਰ ਸਕਦੇ ਹੈ ਪਰ ਸੁਖਬੀਰ ਸਿੰਘ ਬਾਦਲ ਦੇ ਵਿਚ ਇੰਨੀ ਜਿਹੜੀ ਉਹ ਹੈ ਨੀ ਕਿ ਆਪਾਂ ਸਮਰੱਥਾ ਨਹੀਂ ਹੈਗੀ ਕਿ ਤੀਜਾ ਬਦਲ ਤਿਆਰ ਕਰ ਸਕਦੇ ਉਹ ਪ੍ਰਕਾਸ਼ ਸਿੰਘ ਬਾਦਲ ਤਿਆਰ ਕਰਦੇ ਸੀਗੇ ਕਿਉਂਕਿ ਕੌਮੀ ਜਮਹੂਰੀ ਗਠਜੋੜ ਤਿਆਰ ਕਰਨ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿਚ ਅਕਾਲੀ ਸਿਆਸਤ ਕਿਸ ਤਰੀਕੇ ਦੇ ਨਾਲ ਕਰਵਟ ਲੈਂਦੀ ਹੈ ਇਹ ਇਕ ਬੜੀ ਅਹਿਮ ਗੱਲ ਹੋਊਗੀ ਕਿਉਂਕਿ ਇਸ ਸਮੇਂ ਜਿਹੜਾ ਹੈਗਾ ਮੈਦਾਨ ਦੇ ਵਿਚ ਜਿਹੜੀ ਤਿੰਨੇ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਜਾਂ ਅਕਾਲੀ ਦਲ ਹੈ ਹੁਣ ਉਹ ਬਰਾਬਰੀ ਦੇ ਉੱਤੇ ਖੇਡ ਰਹੀਆਂ ਨੇ ਤੇ ਕੋਈ ਵੀ ਮੁੱਦਾ ਇਨ੍ਹਾਂ ਪਾਰਟੀਆਂ ਨੂੰ ਅੱਗੇ ਜਾਂ ਪਿੱਛੇ ਲਿਜਾ ਸਕਦਾ
ਹੁਣ ਇਹ ਦੇਖਣਾ ਹੁੰਦਾ ਵੀ ਅਕਾਲੀ ਦਲ ਕਿੱਥੇ ਤੱਕ ਪਹੁੰਚ ਸਕਦਾ ਜੀ, ਕਿੱਥੇ ਤੱਕ ਪਹੁੰਚ ਸਕਦਾ ਅਕਾਲੀ ਦਲ, ਇਹ ਗੱਲ ਤਾਂ ਸੋਚਣੀ ਪਊਗੀ ਜੀ। ਤੇ ਇੱਕ ਹੋਰ ਕੰਮ ਹੈ ਜੀ, ਆ ਜਿਹੜਾ ਸਰਵੇਖਣ ਆਇਆ ਜੀ, ਇਹਦੇ ਚ ਕਹਿੰਦੇ ਪਤਾ ਲੱਗਿਆ ਕਿ 10 ਤੋਂ ਲੈ ਕੇ 17 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਨਸ਼ੇੜੀ ਨੇ, 1,48,00,000। ਸਿੱਧੂ ਸਾਹਿਬ, ਇਸ ਜੋ ਖਬਰ ਹੈ ਇਹ ਆਪੇ ਆਪ ਦੀ ਜੀ ਕਾਫੀ ਗੰਭੀਰ ਹੈ, ਪਰ ਮੈਂ ਥੋੜੀ ਜੀ ਆਪਣੇ ਸਰੋਤਿਆਂ ਦੇ ਵਾਸਤੇ ਇੱਕ ਜਾਣਕਾਰੀ ਸਾਂਝੀ ਕਰ ਸਕਾਂ। ਆਪਾਂ ਗੱਲ ਸ਼ਿਵ ਸੈਨਾ ਦੀ ਕਰ ਰਹੇ ਸੀਗੇ ਤੇ ਉਥੋਂ ਵੀ ਇੱਕ ਨਵੀਂ ਖਬਰ ਇਹ ਆਈ ਹੈ ਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਮਹਾਰਾਸ਼ਟਰ ਦੇ ਵਿਚ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦੀ ਦੁਬਾਰਾ ਸਰਕਾਰ ਵੀ ਬਣ ਸਕਦੀ ਹੈ। ਉਹਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀ ਸੰਜੇ ਰਾਊਤ ਤੇ ਸਾਬਕਾ ਮੁੱਖ ਮੰਤਰੀ ਫੜਨਵੀਸ ਵਿਚਾਲੇ ਮੀਟਿੰਗ ਹੋਈ ਹੈ। ਜਦੋਂ ਇਹ ਮੀਟਿੰਗ ਹੋਈ ਤਾਂ ਤੁਰੰਤ ਜੁੜ ਗਏ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਹੈ, ਉਨ੍ਹਾਂ ਨੇ ਸ਼ਿਵ ਸੈਨਾ ਦੇ ਮੁਖੀ ਜਿਹੜਾ ਠਾਕਰੇ ਉਨ੍ਹਾਂ ਨਾਲ ਮੀਟਿੰਗ ਕੀਤੀ ਵੀ ਕੀ ਗੱਲਬਾਤ ਹੋ ਰਹੀ ਹੈ। ਤਾਂ ਇਸ ਤਰੀਕੇ ਨਾਲ ਉੱਥੇ ਕਾਫੀ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਆਰ ਪੀ ਆਈ ਦਾ ਜਿਹੜੇ ਇੱਕ ਰਾਮਦਾਸ ਅਠਾਵਲੇ ਹੈ ਉਹਨੇ ਇਹ ਬਿਆਨ ਵੀ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿਚ ਮਹਾਰਾਸ਼ਟਰ ਚ ਫੇਰ ਦੁਬਾਰਾ ਤੋਂ ਕਾਂਗਰਸ ਜਿਹੜਾ ਹੈਗਾ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 50-50 ਦੇ ਫਾਰਮੂਲੇ ਦੇ ਉੱਤੇ ਦੁਬਾਰਾ ਬਣ ਸਕਦੀ ਹੈ। ਤੇ ਹੁਣ ਬਣਦੀ ਹੈ ਨਹੀਂ ਬਣਦੀ ਹੈਗੀ, ਪਰ ਇਹ ਹੈ ਕਿ ਇਹ ਦਿਲਚਸਪ ਖ਼ਬਰ ਹੈ, ਇਸ ਕਰਕੇ ਮੈਂ ਸਾਂਝੀ ਕਰ ਰਿਹਾ। ਤੇ ਜਿੱਥੋਂ ਤੱਕ ਨਸ਼ਿਆਂ ਦੀ ਗੱਲ ਹੈ, ਦੇਖੋ ਜਿਵੇਂ 1,48,000 ਬੱਚੇ ਨੇ ਜਿਹੜੇ 10 ਤੋਂ ਲੈ ਕੇ 17 ਸਾਲ ਦੀ ਉਮਰ ਤੇ ਨੇ, ਉਹ ਬੜੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰ ਲਿਆ, ਜਿਨ੍ਹਾਂ ਵਿਚ ਜਰਦਾ ਵੀ ਹੈ, ਬੀੜੀ ਵੀ ਹੈ, ਤਮਾਖੂ ਹੈ, ਹੋਰ ਵੀ ਜਿਹੜੇ ਹੈ ਸ਼ਰਾਬ ਵੀ ਹੈ, ਕੁਛ ਗਾਂਜਾ ਵੀ ਖਾਂਦੇ ਹੈ। ਇਹ ਬਹੁਤ ਹੀ ਗੰਭੀਰ ਜਿਹੜੀ ਆਪਾਂ ਕਹਿ ਸਕਦੇ ਹਾਂ ਸਮੱਸਿਆ ਸਾਡੇ ਦੇਸ਼ ਦੇ ਲਈ। ਤੁਸੀਂ ਇੱਕ ਦੇਖੋ ਜਿੰਨੀ ਆਬਾਦੀ ਦੀ ਆਪਾਂ ਗੱਲ ਕੀਤੀ ਹੈ ਕਈ ਮੁਲਕਾਂ ਦੀ ਤਾਂ ਇੰਨੀ ਕੁੱਲ ਆਬਾਦੀ ਹੈ ਤੇ ਸਾਡੇ ਇਹ ਆਪਾਂ ਤਕਰੀਬਨ ਕਹਿ ਸਕਦੇ ਹਾਂ 1% ਦੇ ਕਰੀਬ ਜਿਹੜੇ ਛੋਟੇ ਬੱਚੇ ਨੇ ਇਹ ਨਸ਼ਾ ਕਰ ਰਹੇ ਨੇ। ਖਾਸ ਤੌਰ ਤੇ ਉੱਤਰ ਪ੍ਰਦੇਸ਼, ਬਿਹਾਰ ਜਾਂ ਇਹ ਇਲਾਕੇ ਨੇ ਇਹਨਾਂ ਵਿਚ ਇਸ ਤਰ੍ਹਾਂ ਦਾ ਨਸ਼ਾ ਕਰ ਰਹੇ। ਨਸ਼ੇ ਤਾਂ ਪੰਜਾਬ ਦੇ ਵਿਚ ਵੀ ਬਹੁਤ ਚੱਲਦੇ ਆ ਤੇ ਜਿਹੜੇ ਹੈਗਾ, ਪਰ ਇੰਨੀ ਛੋਟੀ ਉਮਰ ਦੇ ਵਿਚ ਇਹ ਨਸ਼ੇ ਹੋਣੇ ਇਹ ਆਪਣੇ ਆਪ ਦੇ ਵਿਚ ਸਾਡੇ ਲਈ ਬਹੁਤ ਗੰਭੀਰ ਮੁੱਦਾ ਹੈ। ਇਹ ਸਰਵੇਖਣ ਭਾਰਤ ਸਰਕਾਰ ਨੇ ਕਰਾਇਆ ਸੀਗਾ, ਉਹਦੇ ਵਿਚ ਇਹ ਪਤਾ ਲੱਗਿਆ ਕਿ ਜਿਹੜੇ ਇਹ ਬੱਚੇ ਨੇ ਸ਼ਰਾਬ, ਅਫੀਮ, ਕੋਕੀਨ, ਭੰਗ ਅਜਿਹੇ ਨਸ਼ੇ ਕਰ ਰਹੇ ਨੇ ਤੇ ਇਹ ਇੱਕ ਆਪਣਾ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੇ ਲਈ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਿ ਇਸ ਜਦੋਂ ਹੁਣ ਇਹ ਇੰਨੇ ਕੁ ਬੱਚੇ ਤਾਂ ਇਹ ਨਸ਼ੇ ਕਰ ਰਹੇ, ਜਦੋਂ ਇਹ ਵੱਡੇ ਹੋਣਗੇ ਸਾਡੇ ਜਿਵੇਂ ਆਪਾਂ ਪੰਜਾਬ ਦੇ ਵਿਚ ਦੇਖਦੇ ਆ ਰਹੇ ਹਾਂ ਜਿਹੜੇ ਬੱਚੇ ਨੇ ਉਹ ਚਿੱਟੇ ਦਾ ਸੇਵਨ ਕਰ ਰਹੇ ਨੇ, ਕਈਆਂ ਦੇ ਤਰੀਜਾ ਹੀ ਹੱਥਾਂ ਦੇ ਵਿਚ ਰਹਿ ਜਾਂਦੀਆਂ ਨੇ, ਪਰਿਵਾਰ ਬਰਬਾਦ ਹੋ ਕੇ ਰਹਿ ਜਾਂਦੇ ਆ ਤੇ ਇਹ ਨਸ਼ੇ ਰੁਕਣੇ ਚਾਹੀਦੇ। ਸਰਕਾਰਾਂ ਵੱਲੋਂ ਯਤਨ ਵੀ ਕੀਤੇ ਜਾਂਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਕੁਛ ਲੋਕ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਅਜੇ ਨਸ਼ਿਆਂ ਨੂੰ ਵੇਚਦੇ ਨੇ, ਵੇਚਣ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਜੀ। ਇਹ ਤਾਂ ਗੱਲ ਹੈ ਜੀ, ਬਰਬਾਦ ਤਾਂ ਬੜਾ ਕੁਛ ਹੋ ਰਿਹਾ। ਇੱਕ ਬ੍ਰੇਕ ਲਈਏ, ਸਮਾਂ ਬਰਬਾਦ ਕੀਤੇ ਤੋਂ ਬਿਨਾਂ ਆਪਾਂ ਨਾਲ ਦੀ ਨਾਲ ਹੀ ਫਿਰ ਜੁੜ ਜਾਂਗੇ ਜੀ ਸਰੋਤਿਆਂ ਦੇ ਨਾਲ ਇਸੇ ਪਲੇਟਫਾਰਮ ਤੇ। ਲਓ ਜੀ, ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਗੱਲਬਾਤ ਕਰ ਰਹੇ ਹਾਂ ਅਸੀਂ ਖਬਰਸਾਰ ਦੀ। ਸ਼੍ਰੋਮਣੀ ਕਮੇਟੀ ਨੇ ਕਰਤਾ ਜੀ ਬਜਟ ਪਾਸ, ਫਿਰ ਹੈ ਪੇਸ਼। ਸਿੱਧੂ ਸਾਹਿਬ, ਇਹ ਕਰਨਾ ਹੀ ਪੈਣਾ ਸੀਗਾ ਕਿਉਂਕਿ ਮਾਰਚ ਮਹੀਨੇ ਦੇ ਵਿਚ ਕੋਰੋਨਾ ਦੇ ਕਾਰਨ ਇਹ ਬਜਟ ਇਜਲਾਸ ਨਹੀਂ ਹੋ ਸਕਿਆ ਸੀਗਾ ਤੇ ਹੁਣ ਆਖਿਰਕਾਰ ਇਹ ਬਜਟ ਇਜਲਾਸ ਹੋਇਆ। ਉਹਦੇ ਵਿਚ 9.81 ਅਰਬ ਦਾ ਇਹ ਬਜਟ, ਸਲਾਨਾ ਬਜਟ ਪੇਸ਼ ਕੀਤਾ ਗਿਆ ਤੇ ਇਸ ਬਜਟ ਦੇ ਉੱਤੇ ਵੀ ਆਪਾਂ ਦੇਖ ਸਕਦੇ ਹਾਂ ਕਿ ਕੋਰੋਨਾ ਦੀ ਮਾਰ ਪੈ ਚੁੱਕੀ ਹੈ ਤੇ ਸ਼੍ਰੋਮਣੀ ਜਿਹੜਾ ਹੈਗਾ ਇਹ ਬਜਟ 18.5
5 ਸਾਢੇ 18 ਫੀਸਦੀ ਘੱਟ ਹੈ ਪਿਛਲੇ ਸਾਲ ਦੇ ਨਾਲੋਂ ਤੇ ਇਹਦਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕਾਰਨ ਇਹੀ ਹੈ ਕਿ ਪਿਛਲੇ ਸਮੇਂ ਦੌਰਾਨ ਕੋਰੋਨਾ ਕਰਕੇ ਵੀ ਜਿਹੜੀ ਸੰਗਤ ਹੈ ਦਰਬਾਰ ਸਾਹਿਬ ਬਹੁਤ ਘੱਟ ਆਈ ਹੈ ਤੇ ਹੋਰਨਾਂ ਗੁਰਦੁਆਰਿਆਂ ਦੇ ਵਿੱਚ ਵੀ ਬਹੁਤ ਘੱਟ ਆਉਂਦੀ ਰਹੀ ਹੈ ਤੇ ਇਹ ਚੜਾਵਾ ਵੀ ਘੱਟ ਚੱਲਦਾ ਹੈ ਤੇ ਇਸ ਗੱਲ ਕਰਕੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਬਜਟ ਦੇ ਵਿੱਚ ਇੰਨੀ ਜ਼ਿਆਦਾ ਕਟੌਤੀ ਕਰਨੀ ਪਈ ਹੈ ਤੇ ਇਹਦੇ ਨਾਲ ਜਿਸ ਤਰੀਕੇ ਨਾਲ ਉੱਥੇ ਇਹ ਵੀ ਦੱਸਿਆ ਗਿਆ ਕਿ ਪਹਿਲੀ ਵਾਰ ਹੋਇਆ ਕਿ ਜਿਹੜੀਆਂ ਬਜਟ ਦੀਆਂ ਕਾਪੀਆਂ ਸੀਗੀਆਂ ਉਹ ਮੈਂਬਰਾਂ ਨੂੰ ਦਿੱਤੀਆਂ ਹੀ ਨਹੀਂ ਗਈਆਂ ਹੈਗੀਆਂ ਤੇ ਇਸ ਦਾ ਵੀ ਉਹਨਾਂ ਨੇ ਕਿਹੜਾ ਪੜ੍ਹਨੀਆਂ ਹੁੰਦੀਆਂ ਜੀ ਫਿਰ ਉਹਨਾਂ ਨੂੰ ਦੇਣੀਆਂ ਕਿਹਦੇ ਵਾਸਤੇ ਸੀਗੀਆਂ ਦੇਖੋ ਪੜ੍ਹਲੀਆਂ ਜਾਂ ਨਹੀਂ ਹੁੰਦੀਆਂ ਜਿਹੜਾ ਇੱਕ ਡੈਕੋਰਮ ਹੁੰਦਾ ਉਹ ਤਾਂ ਉਹ ਕਰਨਾ ਹੀ ਹੁੰਦਾ ਤੇ ਇਸ ਗੱਲ ਕਰਕੇ ਵਿਰੋਧੀ ਧਿਰ ਤੇ ਜਿਹੜੇ ਜਿਵੇਂ ਸੇਵਾ ਸਿੰਘ ਸ਼ੇਖਵਾਲ ਸੀਗੇ ਬਰਿੰਦਰ ਸਿੰਘ ਬੈਂਸ ਸੀਗੇ ਜਾਂ ਢੀਲ ਸਾਹਿਬ ਧੜੇ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਕਾਫੀ ਜ਼ਿਆਦਾ ਹੰਗਾਮਾ ਵੀ ਕੀਤਾ ਤੇ ਉਨ੍ਹਾਂ ਨੇ 328 ਸਰੂਪਾਂ ਬਾਰੇ ਜਿਹੜਾ ਹੈਗਾ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਵੀ ਉਨ੍ਹਾਂ ਦੇ ਬਾਰੇ ਇਹ ਗੁੰਮਸ਼ੁਦਗੀ ਬਾਰੇ ਸ਼੍ਰੋਮਣੀ ਕਮੇਟੀ ਆਪਣਾ ਸਟੈਂਡ ਜਿਹੜਾ ਹੈ ਸਪਸ਼ਟ ਕਰੇ ਤੇ ਸਿੱਧੂ ਸਾਹਿਬ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਸੰਨੂ ਸਾਹਿਬ ਵੀ ਹੁਣ ਗੱਲ ਕਰਕੇ ਗਏ ਨੇ ਇਸ ਗੱਲ ਦੇ ਵਿਚ ਜਦੋਂ ਉਹ ਰਿਪੋਰਟ ਸਾਹਮਣੇ ਆਈ ਸੀ ਤਾਂ ਰਿਪੋਰਟ ਦੇ ਵਿਚ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿੰਨੇ ਵੀ ਦੋਸ਼ੀ ਹੈਗੇ ਆ ਉਨ੍ਹਾਂ ਦੇ ਖਿਲਾਫ਼ ਫੌਜਦਾਰੀ ਮੁਕੱਦਮੇ ਵੀ ਕਰਾਂਗੇ ਤੇ ਇਸ ਗੱਲ ਦੀ ਮੈਨੂੰ ਅੰਦਰੂਨੀ ਜਾਣਕਾਰੀ ਹਾਸਲ ਹੋਈ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਾਹੁੰਦੇ ਤਾਂ ਸੀਗੇ ਕਿ ਇਹ ਜਿਹੜੇ ਉਨ੍ਹਾਂ ਦੋਸ਼ੀ ਵਿਅਕਤੀਆਂ ਦੇ ਖਿਲਾਫ਼ ਆਪਣਾ ਫੌਜਦਾਰੀ ਮੁਕੱਦਮੇ ਕਰਾਂ ਉਹਦਾ ਮਤਲਬ ਇਹ ਸੀਗਾ ਕਿ ਫਿਰ ਦਰਬਾਰ ਸਾਹਿਬ ਦੇ ਵਿਚ ਪੁਲਿਸ ਨੂੰ ਐਂਟਰ ਹੋਣੀ ਸੀਗੀ ਤੇ ਪੁਲਿਸ ਜਿਹੜਾ ਸ਼ੁਰੂ ਦੇ ਉੱਤੇ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤਾਂ ਉਸ ਨੇ ਹਮੇਸ਼ਾ ਹੀ ਇਹ ਕਿਹਾ ਕਿ ਜਿਹੜਾ ਗੁਰਦੁਆਰੇ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਵਿਚ ਪੁਲਿਸ ਐਂਟਰ ਨਹੀਂ ਹੋ ਸਕਦੀ ਇਸ ਗੱਲ ਕਰਕੇ ਇਹ ਦੱਸਿਆ ਜਾਂਦਾ ਹੈ ਕਿ ਜੇਕਰ ਪੁਲਿਸ ਨੂੰ ਇਹ ਕੇਸ ਦਿੱਤੇ ਜਾਂਦੇ ਤਾਂ ਉਹ ਵਾਰ ਵਾਰ ਗੁਰਦੁਆਰੇ ਦੇ ਕੇ ਆਉਣਾ ਸੀਗਾ ਤਾਂ ਹੋ ਸਕਦਾ ਸੀਗਾ ਇਹ ਕਾਂਗਰਸ ਵੱਲੋਂ ਜਿਹੜਾ ਹੈਗਾ ਇਸ ਜਾਂਚ ਨੂੰ ਪ੍ਰਭਾਵਿਤ ਵੀ ਕੀਤਾ ਜਾਂਦਾ ਵਾਰੀ ਵਾਰੀ ਪੁਲਿਸ ਨੇ ਕਦੇ ਪ੍ਰਧਾਨ ਨੂੰ ਬੁਲਾ ਲੈਣਾ ਕਰਨਾ ਸੀਗਾ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੁਲਾ ਲੈਣਾ ਸੀਗਾ ਤੇ ਇਹ ਜਿਹੜਾ ਹੈਗਾ ਇਹ ਜਿਹੜਾ ਸਾਰੀ ਜਾਂਚ ਦਾ ਜਿਹੜਾ ਹੈਗਾ ਜ਼ਿੰਮਾ ਸਰਕਾਰ ਦੇ ਕੋਲ ਚਲੇ ਜਾਣਾ ਸੀਗਾ ਇਸ ਗੱਲ ਕਰਕੇ ਕਹਿੰਦੇ ਆ ਵੀ ਪੁਲਿਸ ਨੂੰ ਜਿਹੜਾ ਇਹ ਕੇਸ ਨਹੀਂ ਦਿੱਤੇ ਗਏ ਇਸ ਪਿੱਛੇ ਕੁਛ ਬੁੱਧੀਜੀਵੀਆਂ ਨੇ ਇਹ ਵਿਚਾਰ ਦਿੱਤੇ ਸੀ ਤਾਂ ਕਰਕੇ ਇਹ ਫੌਜਦਾਰੀ ਮੁਕੱਦਮੇ ਨਹੀਂ ਹੈਗੇ ਤੇ ਚਲੋ ਖੈਰ ਇਹ ਹੈ ਕਿ ਚਾਹੀਦਾ ਤਾਂ ਇਹ ਪਾਰਦਰਸ਼ੀ ਦੱਸਿਆ ਜਾਂਦਾ ਕਿ ਅਕਾਲੀ ਦਲ ਚਾਹੁੰਦਾ ਸੀਗਾ ਵੀ ਇਹ ਪਾਰਦਰਸ਼ੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਜਾਂਚ ਹੋਣੀ ਚਾਹੀਦੀ ਹੈ ਪਰ ਜੋ ਉਨ੍ਹਾਂ ਨੇ ਕਿਹਾ ਤਾਂ ਹੀ ਉਨ੍ਹਾਂ ਨੂੰ ਯੂ ਟਰਨ ਲੈਣੀ ਪਈ ਵੀ ਅਸੀਂ ਵਿਭਾਗੀ ਤੌਰ ਤੇ ਹੀ ਇਸ ਦੀ ਜਾਂਚ ਕਰਾਂਗੇ ਬਾਕੀ ਹੁਣ ਜਿਹੜਾ ਹੈਗਾ ਇਸ ਦੇ ਪਿੱਛੇ ਕੀ ਹਕੀਕਤ ਹੈ ਕੀ ਨਹੀਂ ਗਿਆ ਇਹ ਅਕਾਲੀ ਦਲ ਜਾਣਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੇਖਿਆ ਜੀ ਤੇ ਜੋਗਰਾਜ ਸਿੰਘ ਹੋਰਾਂ ਨੇ ਕਹਿੰਦੇ ਸਨੀ ਦਿਓਲ ਤੇ ਹੰਸਰਾਜ ਹੰਸ ਨੂੰ ਗਦਾਰ ਕਹਿਤਾ ਇਹ ਵੀ ਬੰਦਾ ਮੌਕਾ ਭਾਲਦਾ ਹੀ ਰਹਿੰਦਾ ਕਿਸੇ ਨਾ ਕਿਸੇ ਨੂੰ ਕੁਛ ਕਹਿਣ ਦਾ ਤੇ ਮੀਡੀਆ ਵਾਲੇ ਵੀ ਟਾਈਮ ਭਾਲਦੇ ਰਹਿੰਦੇ ਇਹਦੇ ਕੋਲੋਂ ਹਾਂ ਦੇਖੋ ਗੱਲ ਹੁੰਦਾ ਕੁਛ ਬੰਦਿਆਂ ਨੂੰ ਇਸ ਤਰ੍ਹਾਂ ਦਾ ਹੁੰਦਾ ਕਿ ਵੀ ਅਸੀਂ ਚਰਚਾ ਦੇ ਵਿਚ ਰਹੀਏ ਉਹ ਸਿਆਸਤਦਾਨ ਵੀ ਹੁੰਦੇ ਨੇ ਉਹ ਆਪਾਂ ਕਹਿ ਸਕਦੇ ਹਾਂ ਕਲਾਕਾਰ ਵੀ ਹੁੰਦੇ ਨੇ ਤੇ ਯੋਗਰਾਜ ਸਿੰਘ ਵੀ ਉਹਨਾਂ ਵਿਚੋਂ ਇਕ ਨੇ ਜਿਹੜੇ ਹਮੇਸ਼ਾ ਚਰਚਿਤ ਰਹਿਣਾ ਚਾਹੁੰਦੇ ਆ ਤੇ ਉਨ੍ਹਾਂ ਨੇ ਸਨੀ ਦਿਓਲ ਤੇ ਹੰਸਰਾਜ ਹੰਸ ਦੇ ਉੱਤੇ ਇਹ ਇਲਜ਼ਾਮ ਲਾਇਆ ਕਿ ਉਹ ਗੱਦਾਰ ਨੇ ਦੇਖੋ ਉਹ ਅਸਲ ਦੇ ਵਿਚ ਉਹ ਭਾਰਤੀ ਜਨਤਾ ਪਾਰਟੀ ਦੇ ਐਮ ਪੀ ਨੇ ਠੀਕ ਹੈ ਉਨ੍ਹਾਂ ਨੇ ਜਿਹੜੇ ਕਿਸਾਨ ਵਿਰੋਧੀ ਬਿੱਲ ਆਏ ਨੇ ਉਨ੍ਹਾਂ ਦੇ ਖਿਲਾਫ਼ ਉਨ੍ਹਾਂ ਨੇ ਆਵਾਜ਼ ਨਹੀਂ ਉਠਾਈ ਆਵਾਜ਼ ਕਿਉਂ ਨਹੀਂ ਉਠਾਈ ਕਿਉਂਕਿ ਇਹ ਬਿੱਲ ਉਨ੍ਹਾਂ ਦੀ ਪਾਰਟੀ ਨੇ ਹੀ ਪਾਸ ਕਰਵਾਏ ਨੇ ਉਨ੍ਹਾਂ ਦੀ ਜਿਹੜੀ ਸਰਕਾਰ ਹੈ ਉਹਨੇ ਪਾਸ ਕਰਵਾਏ ਨੇ ਤੇ ਇਸ ਗੱਲ ਕਰਕੇ ਜਦੋਂ ਕੋਈ ਬੰਦਾ ਕਿਸੇ ਪਾਰਟੀ ਦੇ ਵਿਚ ਹੁੰਦਾ ਹੈ ਤਾਂ ਉਸ ਦਾ ਇਕ ਨੈਤਿਕ ਫਰਜ਼ ਬਣਦਾ ਹੁੰਦਾ ਕਿ ਉਹ ਆਪਣੀ ਪਾਰਟੀ ਦਾ ਸਮਰਥਨ ਕਰੇ ਅਸੀਂ ਪੰਜਾਬ ਦੇ ਵਿਚ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਉਹ ਕੇਂਦਰ ਸਰਕਾਰ ਦਾ ਸਮਰਥਨ ਕਰ ਰਹੇ ਨੇ ਇਸ ਗੱਲ ਕਰਕੇ ਸਨੀ ਦਿਓਲ ਤੇ ਹੰਸਰਾਜ ਹੰਸ ਇਨ੍ਹਾਂ ਬਿੱਲਾਂ ਦੇ ਖਿਲਾਫ਼ ਨਹੀਂ ਬੋਲਦੇ ਹੈਗੇ ਹੁਣ ਯੋਗਰਾਜ ਸਿੰਘ ਨੇ
ਉਹਨਾਂ ਨੂੰ ਗਦਾਰ ਕਹਿ ਦਿੱਤਾ, ਜੁਮਾਰਤੀ ਕਹਿ ਦਿੱਤਾ, ਇਹ ਚਲੋ ਉਹਨਾਂ ਦੀ ਆਪਣੀ ਆਜ਼ਾਦੀ ਹੈ, ਪਰ ਜੋ ਉਹ ਕਰ ਰਹੇ ਨੇ ਉਹਨਾਂ ਦੇ ਜਿਹੜੇ ਮਤਲਬ ਹਵਾਲੇ ਨਾਲ ਆਪਾਂ ਠੀਕ ਕਹਿ ਸਕਦੇ ਹਾਂ, ਕਿਉਂਕਿ ਉਹ ਪਾਰਟੀ ਦੇ ਕੇਡਰ ਦੇ ਬੰਦੇ ਨੇ, ਐਮ ਪੀ ਨੇ, ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤਾ ਸੀਗਾ, ਟਿਕਟ ਦੇ ਕੇ ਉਹਨਾਂ ਨੂੰ ਜਿਤਾਇਆ ਤੇ ਇਹ ਏਦਾਂ ਮਾਣ ਸਤਿਕਾਰ ਦਿੱਤਾ, ਤੇ ਉਸ ਮਾਣ ਸਤਿਕਾਰ ਦੇ ਖਿਲਾਫ਼ ਉਹ ਨਹੀਂ ਬੋਲ ਸਕਦੇ ਹੈਗੇ। ਜੇਕਰ ਬੋਲਦੇ ਆ ਤਾਂ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋ ਸਕਦੀ ਹੈ, ਤੇ ਇਸ ਗੱਲ ਕਰਕੇ ਉਹਨਾਂ ਨੇ ਜਿਹੜਾ ਹੈਗਾ ਇਸ ਦੇ ਖਿਲਾਫ਼, ਇਸ ਬਿਲਾਂ ਦੇ ਖਿਲਾਫ਼ ਨਹੀਂ ਬੋਲੇ ਹੈਗੇ। ਤੇ ਯੋਗਰਾਜ ਸਿੰਘ ਤਾਂ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੇ ਗਾਇਕ ਨੇ ਉਹ ਵੀ ਗਲਤ ਕੰਮ ਕਰ ਰਹੇ ਨੇ, ਕਿ ਉਹ ਵੀ ਜਿਹੜਾ ਹੈਗਾ ਆਪਣੀ ਸ਼ੋਹਰਤ ਹਾਸਲ ਕਰਨ ਵਾਸਤੇ ਇਹਨਾਂ ਮੁਜ਼ਾਹਰਿਆਂ ਦੇ ਵਿਚ ਹਿੱਸਾ ਲੈ ਰਹੇ ਨੇ। ਚਲੋ ਇਹ ਬੜਾ ਪੰਗਾ ਹੈ ਨਾ, ਜੇ ਅਗਲੇ ਜਾਂਦੇ ਆ ਤਾਂ ਵੀ ਰੌਲਾ ਪੈ ਜਾਂਦਾ ਜੀ ਸ਼ੋਹਰਤ ਹਾਸਲ ਕਰਦੇ ਆ, ਜੇ ਨਹੀਂ ਜਾਂਦੇ ਫਿਰ ਲੋਕ ਟ੍ਰੋਲ ਕਰਨ ਲੱਗ ਜਾਂਦੇ ਸੋਸ਼ਲ ਮੀਡੀਆ ਤੇ ਵੀ, ਫਲਾਨੇ ਨੇ ਹਥਿਆਰਾਂ ਨਾਲ ਗੀਤ ਗਾਇਆ, ਫਲਾਨੇ ਤਾਂ ਨੀ ਗਿਆ, ਹੁਣ ਕਿਸਾਨੀ ਵਾਲਾ ਗਿਆ ਸੀ, ਕਿਸਾਨਾਂ ਦੇ ਮਸਲੇ ਤੇ ਨਹੀਂ ਗਿਆ। ਦੇਖੋ ਇਹ ਤਾਂ ਗੱਲ ਪੱਕੀ ਹੈ ਕਿ ਕਿਸੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਿਸੇ ਦਾ ਆਪਾਂ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਹੈਗੇ। ਜੇਕਰ ਹੁਣ ਆਪਾਂ ਪੋਲੀਟੀਕਲੀ ਗੱਲ ਆਪਾਂ ਸੋਚਦੇ ਹਾਂ, ਜਦੋਂ ਤੱਕ ਅਕਾਲੀ ਦਲ ਜਾਂ ਆਪਾਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਦਿੱਤਾ ਸੀਗਾ ਤਾਂ ਸਿਆਸੀ ਪਾਰਟੀਆਂ ਦੂਜੀਆਂ ਕਹਿੰਦੀਆਂ ਸੀਗਾ ਕਿ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿਚ ਮੰਤਰੀ ਕਿਉਂ ਹੈ। ਜਦੋਂ ਉਹਨੇ ਅਸਤੀਫਾ ਦੇ ਦਿੱਤਾ ਫਿਰ ਉਹ ਕਹਿਣ ਲੱਗੇ ਵੀ ਇਹ ਤਾਂ ਇੱਕ ਡਰਾਮਾ ਹੈ, ਫਿਰ ਉਹ ਕਹਿਣ ਲੱਗੇ ਵੀ ਇਹ ਜਿਹੜਾ ਅਸਤੀਫਾ ਦੇ ਦਿੱਤਾ ਫਿਰ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਕਿਉਂ ਨੇ। ਜਦੋਂ ਹੁਣ ਕੌਮੀ ਜਮਹੂਰੀ ਗੱਠਜੋੜ ਦੇ ਨਾਲ ਉਹਨਾਂ ਨਾਤਾ ਤੋੜ ਲਿਆ ਤਾਂ ਫਿਰ ਹੁਣ ਜਿਹੜਾ ਹੈਗਾ ਨਵੇਂ ਨਵੇਂ ਬਿਆਨਬਾਜ਼ੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਲੋਕ ਹੁੰਦੇ ਨੇ ਆਪਾਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਹੈਗੇ, ਤੇ ਉਹਦੇ ਵਿਚ ਆਪਾਂ ਜਿੰਨੇ ਮੂੰਹ ਹੁੰਦੇ ਉਨੀਆਂ ਬੋਲੀਆਂ ਹੁੰਦੀਆਂ ਨੇ। ਠੀਕ ਹੈ, ਜਿਹੜਾ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਕਰੋ, ਜਿਹੜਾ ਨਹੀਂ ਠੀਕ ਲੱਗਦਾ ਤੁਸੀਂ ਨਾ ਕਰੋ। ਇਹ ਹਰੇਕ ਦੀ ਆਪਣੀ ਆਪਣੀ ਵਿਚਾਰਧਾਰਾ, ਹਰੇਕ ਦੀ ਆਪਣੀ ਆਪਣੀ ਆਜ਼ਾਦੀ ਹੈ, ਤੇ ਉਸ ਆਜ਼ਾਦੀ ਨੂੰ ਜਦੋਂ ਲੋਕਤੰਤਰ ਦੇ ਵਿਚ ਹਰੇਕ ਬੰਦੇ ਨੂੰ ਇਸਤੇਮਾਲ ਕਰਨ ਦੀ ਜਿਹੜਾ ਹੈਗਾ ਹੱਕ ਹੁੰਦਾ ਹੈ ਜੀ। ਡੀ ਜੀ ਪੀ ਸਾਬਕਾ ਨੇ ਵੈਸੇ ਤੋਂ ਸੁਮੇਧ ਹੁਸੈਨੀ ਹੋ ਰਹੇ ਤੇ ਉਹ ਹੁਣ ਬਹਿਬਲ ਕਲਾਂ ਵਾਲੇ ਮਾਮਲੇ ਚ ਵੀ ਨਾਮਜ਼ਦ ਹੋ ਗਏ ਜੀ। ਆਪਾਂ ਗੱਲ ਕਰਦੇ ਸੀਗੇ ਕਿ ਡੀ ਜੀ ਪੀ ਸੈਣੀ ਉਹਨਾਂ ਕੋਲ ਆਪਾਂ ਅਸਰ ਰਸੂਖ ਵੀ ਸੀਗਾ, ਬੜਾ ਕੁਛ ਹੈਗਾ, ਕਾਨੂੰਨਾਂ ਦੇ ਵੀ ਜਾਣਕਾਰ ਨੇ ਉਹਦਾ, ਕਿਉਂਕਿ ਵੱਡੇ ਵੱਡੇ ਵਕੀਲਾਂ ਨਾਲ ਉਹਨਾਂ ਨੇ ਸਾਰੀ ਉਮਰ ਹੈਗੀ ਆ ਕੰਮ ਕੀਤਾ। ਪਰ ਲੱਗਦਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਘਟਨਾਕ੍ਰਮ ਵਾਪਰ ਰਹੇ ਨੇ ਉਹ ਸੁਮੇਧ ਸੈਣੀ ਦੇ ਲਈ ਇਕ ਵੱਡੀ ਚੁਣੌਤੀ ਬਣ ਕੇ ਨੇ। ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਹੈਗਾ ਸੁਮੇਧ ਸੈਣੀ ਦਾ ਸਮਾਂ ਇਹਨਾਂ ਚੀਜ਼ਾਂ ਦੇ ਵਿਚ ਗੁਜ਼ਰਨ ਵਾਲਾ, ਉਹਦੀਆਂ ਜਿਹੜੀਆਂ ਰਾਤ ਦੀਆਂ ਨੀਂਦਾਂ ਖਰਾਬ ਹੋਣ ਵਾਲੀਆਂ ਨੇ। ਇਹ ਬਹਿਬਲ ਕਲਾ ਕਾਂਡ ਆਪਾਂ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਦੋਂ ਚੋਰੀ ਹੋ ਗਈ ਸੀਗੀ, ਚੋਰੀ ਦੇ ਉਸ ਚੋਰੀ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਸੀ ਤਾਂ ਬਹਿਬਲ ਕਲਾ ਦੇ ਵਿਚ ਗੋਲੀ ਚੱਲੀ ਸੀਗੀ, ਉਹਦੇ ਵਿਚ ਜੋ ਦੋ ਨੌਜਵਾਨ ਸ਼ਹੀਦ ਹੋ ਗਏ ਸੀਗੇ। ਤੇ ਇਹ ਹੁਣ ਤੱਕ ਗੱਲਬਾਤ ਉਸ ਦੀ ਜਾਂਚ ਚੱਲ ਰਹੀ ਸੀਗੀ, ਜਾਂਚ ਦੇ ਵਿਚ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿ ਇਹ ਗੋਲੀ ਚਲਾਈ ਕਿਨੇ। ਪਹਿਲਾਂ ਤਾਂ ਛੋਟੇ ਛੋਟੇ ਅਫਸਰ ਅਧਿਕਾਰੀ ਇਸ ਮਾਮਲੇ ਵਿਚ ਨਾਮਜ਼ਦ ਹੋਏ ਸੀਗੇ ਤੇ ਹੁਣ ਜਿਹੜਾ ਹੈਗਾ ਸੁਮੇਧ ਸੈਣੀ ਜੋ ਉਸ ਸਮੇਂ ਪੰਜਾਬ ਪੁਲਿਸ ਦੇ ਮੁਖੀ ਸੀਗੇ, ਇਸ ਤੋਂ ਇਲਾਵਾ ਪਰਮਰਾਜ ਉਮਰਾ ਨੰਗਲ ਵੀ ਇਸ ਮਾਮਲੇ ਚ ਨਾਮਜ਼ਦ ਹੋ ਚੁੱਕੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿਚ ਜਿਵੇਂ ਆਪਣੇ ਪੰਨੂ ਸਾਹਿਬ ਵੀ ਕਹਿ ਕੇ ਗਏ ਨੇ ਕਿ ਉਹਦੇ ਵਿਚ ਪਤਾ ਲੱਗਿਆ ਕਿ ਕੋਈ ਸਿਆਸੀ ਬੰਦਾ ਵੀ ਇਸ ਮਾਮਲੇ ਦੇ ਵਿਚ ਨਾਮਜ਼ਦ ਹੋ ਸਕਦਾ। ਖੈਰ ਅੱਜ ਜੋ ਲਗਾਤਾਰ ਸੁਮੇਧ ਸੈਣੀ ਦੇ ਉੱਤੇ ਜਾਂ ਆਪਾਂ ਬਹਿਬਲ ਕਲਾ ਕਾਂਡ ਦੇ ਉੱਤੇ ਜਿਹੜਾ ਹੈ ਘਟਨਾਕ੍ਰਮ ਵਾਪਰਦਾ ਰਿਹਾ, ਅੱਜ ਸੁਮੇਧ ਸੈਣੀ ਜਿਹੜਾ ਹੈਗਾ ਮੁਲਤਾਨੀ ਕੇਸ ਦੇ ਵਿਚ ਅੱਜ ਜਾਂਚ ਦੇ ਵਿਚ ਸ਼ਾਮਲ ਹੋਏ ਤੇ ਉਹ ਥਾਣੇ ਦੇ ਵਿਚ ਪਹੁੰਚੇ ਤੇ ਉਹਦਾ 6 ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਪੁੱਛਗਿੱਛ ਦੇ ਵਿਚ ਕੀ ਸਾਹਮਣੇ ਆਇਆ ਇਹ ਤਾਂ ਪਤਾ ਨਹੀਂ ਲੱਗਿਆ ਹੈਗਾ। ਪਰ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਸੈਣੀ ਦੇ ਉੱਤੇ ਲਗਾਤਾਰ ਹੁਣ ਸ਼ਿਕੰਜਾ ਕੱਸਦਾ ਜਾ ਰਿਹਾ, ਇਸ ਸ਼ਿਕੰਜੇ ਦੇ ਵਿਚ ਉਨ੍ਹਾਂ ਨੂੰ ਨਿਕਲਣਾ ਕਾਫ਼ੀ ਮੁਸ਼ਕਲ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੇ ਪਾਪ ਜਿਹੜੇ ਬੀਤੇ ਵਿਚ ਕੀਤੇ ਗਏ ਨੇ ਉਹ ਹੁਣ ਸਾਹਮਣੇ ਆ ਰਹੇ ਨੇ, ਉਨ੍ਹਾਂ ਦੀਆਂ ਜਾਂਚਾਂ ਖੁੱਲ ਰਹੀਆਂ ਨੇ ਤੇ ਜੇਕਰ
पुलिस दे वलों जिहड़ी जांच कीती जा रही है सही निरपक्ष ढंग नाल जे जांच होगी तां होर भी जिहड़ी हैगी आ केस खुल के सामने आ सकदे आ ते सुरेश सिंह सैनी आने वाले समय दे विच अज नहीं कल नहीं छे महीने तक जां साल तक कदे भी जिहड़ा है सलाखां दे पिछे हर हालत विच जाणगे क्योंकि लगता यही है कि बड़े जिहड़े पाप किए हुए ने उन्हां दा घड़ा भर चुका ते कहंदे हुंदे आ भी जिहड़ा कानून दा डंडा उहदी आवाज नहीं आउंदी दी ओह हुण आवाज आउणी बंद हो जाणी है ते समेत सिंह सैनी दे जिहड़ा हैगा पुठे दिन शुरू हो गया जी। ਉਹ ਕਹਿੰਦੇ ਮੇਰੇ ਜੇਠ ਦੇ ਪੁੱਠੇ ਦਿਨ ਆਏ ਪਤਾ ਨਹੀਂ ਉਹ ਤਾਂ ਕੋਈ ਗੱਲ ਹੋਰ ਹੁੰਦੀ ਹੈ ਪਰ ਇੱਥੇ ਤਾਂ ਇਹ ਗੱਲ ਹੋਰ ਹੈ। ਤੁਸੀਂ ਹੁਣ ਨਵਜੋਤ ਸਿੰਘ ਜੀ ਦੀ ਗੱਲ ਤੇ ਬ੍ਰੇਕ ਹੀ ਲੈ ਲਈਏ ਜੀ ਇਹ ਤਾਂ ਕੁਛ ਹੋਰ ਹੀ ਚਲਾਦਾ ਸੀ ਐਂ ਲੱਗਦਾ ਸੀ ਜਿਹੜਾ ਉਹ ਰਾਫੇਲ ਵਾਲਾ ਜਹਾਜ਼ ਆ ਉੱਥੇ ਸਟਾਰਟ ਕਰਦਾ ਹੁੰਦਾ ਕਰੋ ਹੋਲ ਮਾਫੀ ਚਾਹਾਂਗੇ ਜੀ ਗੁੱਡੀ ਚੜ੍ਹਦੀ ਚੜ੍ਹਦੀ ਦੇ ਵਿਚ ਪੰਗਾ ਹੋਰ ਪੈ ਗਿਆ ਸੀ। ਨਵਜੋਤ ਸਿੰਘ ਸਿੱਧੂ ਦੀ ਗੱਲ ਆਪਾਂ ਦਰਸ਼ਕ ਜੀ ਕਰੀਏ ਕਿ ਉਹ ਕਹਿੰਦੇ ਜੀ ਉਹਨਾਂ ਦੀ ਹਸਰਤ ਪੂਰੀ ਨਹੀਂ ਹੋਈ। ਸਿੱਧੂ ਸਾਹਿਬ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਬਾਦਲ ਪਰਿਵਾਰ ਉਹਨਾਂ ਦੇ ਬਿਲਕੁਲ ਜ਼ਿਆਦਾ ਖਿਲਾਫ਼ ਸੀਗੇ ਤੇ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਛੱਡੀ ਸੀਗੀ ਉਸ ਦੇ ਪਿੱਛੇ ਵੀ ਵੱਡਾ ਕਾਰਨ ਇਹੀ ਸੀਗਾ ਕਿ ਕਿਵੇਂ ਨਾ ਕਿਵੇਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਕਰੇ। ਉਹਦਾ ਕਾਰਨ ਇਹ ਪਿੱਛੇ ਇਹ ਸੀਗਾ ਕਿ ਜਦੋਂ ਅੰਮ੍ਰਿਤਸਰ ਦੇ ਵਿਚ ਲੋਕ ਸਭਾ ਚੋਣਾਂ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਉਸ ਸਮੇਂ ਜਿਹੜੇ ਵਿੱਤ ਮੰਤਰੀ ਬਣੇ ਸੀਗੇ ਜੇਤਲੀ ਸਾਹਿਬ ਉਹਨਾਂ ਨੂੰ ਟਿਕਟ ਦਵਾਈ ਸੀਗੀ ਜਦਕਿ ਉਥੋਂ ਨਵਜੋਤ ਸਿੰਘ ਸਿੱਧੂ ਹੀ ਚੋਣ ਲੜਦੇ ਆਏ ਸੀਗੇ। ਜਦੋਂ ਜੇਤਲੀ ਉਹਨਾਂ ਨੂੰ ਟਿਕਟ ਦਵਾਈ ਸੀਗੀ ਤਾਂ ਅਕਾਲੀ ਦਲ ਨੇ ਇਹ ਗੱਲ ਦਾਅਵੇ ਨਾਲ ਕਹੀ ਸੀਗੀ ਕਿ ਅਸੀਂ ਉਹਨਾਂ ਨੂੰ ਹਰ ਹਾਲਤ ਵਿਚ ਇਹ ਸੀਟ ਜਿਤਾਵਾਂਗੇ ਜਿਤਾ ਕੇ ਭੇਜ ਦਾਂਗੇ। ਹਾਂਜੀ ਤੇ ਨਵਜੋਤ ਸਿੰਘ ਸਿੱਧੂ ਭਾਵੇਂ ਜੇਤਲੀ ਉਹਨਾਂ ਨੂੰ ਆਪਣਾ ਗੁਰੂ ਸਮਝਦੇ ਸੀਗੇ ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿਚ ਇਹ ਜਿਹੜਾ ਹੈਗਾ ਦੁੱਖ ਸੀਗਾ ਰੰਜਿਸ਼ ਸੀਗੀ ਕਿ ਉਸ ਦੀ ਸੀਟ ਜਿਹੜੀ ਖੂਨ ਦੇ ਵਿਚ ਅਕਾਲੀ ਦਲ ਦਾ ਵੱਡਾ ਹੱਥ ਸੀਗਾ ਤੇ ਇਸੇ ਗੱਲ ਕਰਕੇ ਉਹ ਜਿਹੜੇ ਹੈ ਅਕਾਲੀ ਦਲ ਦੇ ਨਾਲੋਂ ਨਿਰਾਸ਼ ਸੀਗੇ ਨਾਰਾਜ਼ ਸੀਗੇ ਤੇ ਜਦੋਂ ਹਰਿਆਣੇ ਦੇ ਵਿਚ ਵੋਟਾਂ ਪਈਆਂ ਤੇ ਹਰਿਆਣੇ ਦੇ ਵਿਚ ਵੀ ਉਹਨਾਂ ਨੇ ਸਭ ਤੋਂ ਜ਼ਿਆਦਾ ਜੇਕਰ ਭੰਡਿਆ ਤਾਂ ਬਾਦਲ ਪਰਿਵਾਰ ਨੂੰ ਹੀ ਭੰਡਿਆ ਸੀਗਾ ਤੇ ਇਸ ਤਾਂ ਹੀ ਉਹ ਜਿਹੜਾ ਹੈਗਾ ਬਾਦਲ ਪਰਿਵਾਰ ਨੂੰ ਚਾਹੁੰਦੇ ਸੀਗੇ ਕਿ ਅਕਾਲੀ ਦਲ ਦੇ ਨਾਲੋਂ ਜਿਹੜਾ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਇਸ ਦੇ ਨਾਲ ਤੋੜ ਵਿਛੋੜਾ ਕਰ ਲਈ। ਹੁਣ ਜਦੋਂ ਤੋੜ ਵਿਛੋੜਾ ਕਰ ਵੀ ਲਿਆ ਤਾਂ ਸਥਿਤੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿਚ ਨੇ ਕਾਂਗਰਸ ਦੇ ਵਿਚ ਵੀ ਇਸ ਸਮੇਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਬਣਦੀ ਪਰ ਵੱਡੀ ਗੱਲ ਇਹ ਹੈ ਕਿ ਜਿਹੜੀ ਕੇਂਦਰੀ ਹਾਈ ਕਮਾਨ ਹੈ ਜਿਨ੍ਹਾਂ ਵਿਚ ਰਾਹੁਲ ਗਾਂਧੀ ਹੈ ਪ੍ਰਿਯੰਕਾ ਗਾਂਧੀ ਹੈ ਉਹਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਫ਼ੀ ਚੰਗਿਆ ਉੱਠਣੀ ਬੈਠਣੀ ਹੈ ਚੰਗੇ ਉਹਨਾਂ ਦੇ ਇਹ ਵੀ ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ ਤੇ ਹੁਣ ਉਹ ਜੇਕਰ ਚਾਹ ਕੇ ਵੀ ਇਹ ਨਹੀਂ ਕਰ ਸਕਦੇ ਕਿ ਉਹ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਦੁਬਾਰਾ ਸੰਬੰਧ ਕਾਇਮ ਕਰ ਲੈਣ। ਦੂਜੇ ਪਾਸੇ ਲੋੜ ਭਾਰਤੀ ਜਨਤਾ ਪਾਰਟੀ ਨੂੰ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਾਰਟੀ ਵਿਚ ਦੁਬਾਰਾ ਆ ਜਾਵੇ। ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਇਕ ਸਿੱਖ ਚਿਹਰਾ ਚਾਹੀਦਾ ਸਿੱਖ ਚਿਹਰਾ ਵੀ ਚਾਹੀਦਾ ਕਿਸਾਨ ਚਿਹਰਾ ਵੀ ਚਾਹੀਦਾ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਕਰੀ ਤਾਂ ਨਹੀਂ ਹੈਗੀ ਖੇਤਾਂ ਦੇ ਵਿਚ ਉਹ ਦਿਨ ਨਹੀਂ ਹੈਗੇ ਪਰ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਕਿਸਾਨ ਪਰਿਵਾਰ ਦੇ ਨਾਲ ਹੀ ਹੈ। ਸਬਜ਼ੀਆਂ ਲੱਗੀਆਂ ਹੁੰਦੀਆਂ ਸੀਗੀਆਂ ਜੀ ਇਹ ਕਹਿ ਸਕਦੇ ਆ ਪਰ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿਚ ਆ ਜਾਣ ਤਾਂ ਉਹਦੇ ਨਾਲ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਵੀ ਫਾਇਦਾ ਹੋ ਸਕਦਾ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਫਾਇਦਾ ਹੋ ਸਕਦਾ ਪਰ ਹਾਲਾਤ ਨਹੀਂ ਲੱਗਦੇ ਹੈਗੇ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਵਿਚ ਦੁਬਾਰਾ ਜਾ ਸਕਦੇ ਨੇ ਤੇ ਇਸ ਤਰੀਕੇ ਨਾਲ ਕਹਿ ਸਕਦੇ ਆ ਕਿ ਉਹ ਜੇਕਰ ਹੁਣ ਚਾਹ ਕੇ ਵੀ ਭਾਰਤੀ ਜਨਤਾ ਪਾਰਟੀ ਵਿਚ ਨਹੀਂ ਜਾ ਸਕਦੇ ਹੈਗੇ ਤੇ ਪਰ ਇਹ ਹੈ ਸਿਆਸਤ ਦੇ ਬਾਰੇ ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਭਵਿੱਖਬਾਣੀ ਨਹੀਂ ਹੋ ਸਕਦੀ ਹਾਲਾਤ ਕਦੇ ਵੀ ਬਦਲ ਸਕਦੇ ਆ
ਤੇ ਹੋ ਸਕਦਾ ਕਿ ਸਿੱਧੂ ਸਾਹਿਬ ਦਾ ਮਨ ਹੀ ਬਣ ਜਾਵੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਿਚ ਦੁਬਾਰਾ ਚਲੇ ਜਾਈਏ, ਕਿਉਂਕਿ ਕਾਂਗਰਸ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਵਿਚ ਉਨ੍ਹਾਂ ਨੂੰ ਕੋਈ ਸਥਾਨ ਨਹੀਂ ਮਿਲ ਰਿਹਾ। ਪਰ ਫਿਰ ਵੀ ਇਹ ਹੈ ਕਿ ਇਸ ਸਮੇਂ ਕੇਂਦਰੀ ਹਾਈ ਕਮਾਨ ਜਿਹੜੀ ਕਾਂਗਰਸ ਦੀ ਹੈ ਉਹਦੇ ਵੱਲੋਂ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਫੀ ਚੰਗੇ ਸੰਬੰਧ ਕਾਇਮ ਕੀਤੇ ਹੋਏ ਨੇ ਤੇ ਦੇਖਦੇ ਆਉਣ ਵਾਲੇ ਸਮੇਂ ਚ ਕੀ ਜਿੰਮੇਵਾਰੀ ਦਿੰਦੇ ਆ। ਜੇਕਰ ਨਹੀਂ ਜਿੰਮੇਵਾਰੀ ਮਿਲਦੀ, ਜੇ ਇਸੇ ਤਰੀਕੇ ਨਾਲ ਅਣਗੌਲਿਆ ਹੀ ਰੱਖਿਆ ਜਾਂਦਾ ਤਾਂ ਹੋ ਸਕਦਾ ਨਵਜੋਤ ਸਿੰਘ ਸਿੱਧੂ ਵੀ ਮਨ ਬਣਾ ਲੈਣ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿਚ ਚਲੇ ਜਾਣ। ਜੀ, ਮਨ ਬਣਾ ਲੈਣ ਜਾਂ ਬਣਿਆ ਹੋਵੇ ਤਾਂ ਉਹੀ ਜਾਣਦੇ। ਤੇ ਕੋਰੋਨਾ ਦੀ ਵੈਕਸੀਨ ਕਦੋਂ ਆਊਗੀ ਜੀ, ਸਰਕਾਰ ਨੂੰ ਪਤਾ ਹੀ ਨੀ ਕੋਈ? ਅੱਜ ਜੋ ਵਿੱਤ ਮੰਤਰੀ ਹੈਗੀ ਆਪਣੇ, ਉਹਨਾਂ ਨੇ ਗੱਲ ਨਿਰਮਲਾ ਸੀਤਾਰਮਨ ਨੇ ਕਹੀ ਹੈ ਕਿ ਜੋ ਇਸ ਸਮੇਂ ਕੋਰੋਨਾ ਚੱਲ ਰਿਹਾ, ਕੋਰੋਨਾ ਦੇ ਕਾਰਨ ਜਿਹੜਾ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਤੇ ਇਸ ਨੁਕਸਾਨ ਦਾ ਇਹ ਹੈ ਕਿ ਪਿਛਲੇ ਸਮੇਂ ਸਾਡੀ ਜੀ ਡੀ ਪੀ ਹੈ ਉਹ 23.9% ਉਹਦੇ ਚ ਗਿਰਾਵਟ ਆ ਗਈ ਹੈ। ਤੇ ਜੇਕਰ ਇਹ ਕੋਰੋਨਾ ਚੱਲੀ ਜਾਂਦਾ ਤੇ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਤੇ ਉਹਨੂੰ ਦੇਖਦੇ ਹੋਏ ਅਜਿਹਾ ਲੱਗਦਾ ਕਿ ਭਾਰਤੀ ਜਨਤਾ ਇਹ ਜਿਹੜੀ ਸਰਕਾਰ ਦਾ ਬਜਟ ਹੈ ਉਹ ਮਤਲਬ ਜਿਹੜਾ ਹੈਗਾ ਆਪਾਂ ਆਰਥਿਕਤਾ ਹੈ ਉਹ ਉਭਰ ਨਹੀਂ ਸਕਦੀ। ਉਸ ਨੂੰ ਉਭਾਰਨ ਦੇ ਲਈ ਹੁਣ ਜਿਸ ਲਾਕਡਾਊਨ 5 ਆਉਣਾ, 5 ਦੇ ਵਿਚ ਸਰਕਾਰ ਵੱਲੋਂ ਹੋਰ ਜ਼ਿਆਦਾ ਜਿਹੜੀ ਆ ਖੁੱਲਾ ਦੇਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਸਿਨੇਮੇ ਵੀ ਚੱਲ ਸਕਦੇ ਆ, ਰੇਲ ਗੱਡੀਆਂ ਆਮ ਵਾਂਗ ਚੱਲ ਸਕਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਜਿੰਨੀਆਂ ਰੋਕਾਂ ਲਾਈਆਂ ਗਈਆਂ ਤੇ ਰੋਕਾਂ ਦੇ ਬਾਵਜੂਦ ਇੰਨਾ ਲੰਮਾ ਸਾਡੇ ਲਾਕਡਾਊਨ ਵੀ ਚੱਲਿਆ, ਲਾਕਡਾਊਨ ਦੇ ਬਾਵਜੂਦ ਜਿਹੜਾ ਹੈਗਾ ਸਾਡੇ ਮਰੀਜ਼ ਘਟੇ ਨਹੀਂ ਹੈਗੇ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ ਲੋਕ ਹੈ ਆਪ ਹੀ ਗੰਭੀਰ ਰੂਪ ਦੇ ਵਿਚ ਸਾਵਧਾਨੀਆਂ ਵਰਤਣ ਤੇ ਕਿਉਂਕਿ ਸਰਕਾਰ ਨੂੰ ਇਸ ਗੱਲ ਦੀ ਲੋੜ ਹੈ ਕਿ ਅਰਥ ਵਿਵਸਥਾ ਆਪਣੀ ਗਤੀ ਫੜੇ। ਪੂਰੀ ਦੁਨੀਆਂ ਦੇ ਵਿਚ ਇਹ ਅਰਥ ਵਿਵਸਥਾ ਇਸ ਸਮੇਂ ਡਾਊਨ ਚੱਲ ਰਹੀ ਹੈ, ਅਮਰੀਕਾ ਵਰਗੇ ਮੁਲਕ ਦੀ ਵੀ ਅਰਥ ਵਿਵਸਥਾ ਡਾਊਨ ਚੱਲ ਰਹੀ ਹੈ, ਪਰ ਹੌਲੀ ਹੌਲੀ ਉਨ੍ਹਾਂ ਵੱਲੋਂ ਵੀ ਜਿਹੜੀਆਂ ਬੰਦਿਸ਼ਾਂ ਖਤਮ ਕੀਤੀਆਂ ਜਾ ਰਹੀਆਂ ਨੇ। ਇਹਦੇ ਨਾਲ ਨਾਲ ਨਿਰਮਲਾ ਸੀਤਾਰਮਨ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਵੀ ਕੋਰੋਨਾ ਦੇ ਜਿਹੜੀ ਹੈਗੀ ਹੈ ਵੈਕਸੀਨ ਕਦੋਂ ਆਊਗੀ ਤੇ ਵੈਕਸੀਨ ਦੇ ਸਹਾਰੇ ਹੀ ਅਸੀਂ ਮਤਲਬ ਅਸੀਂ ਜਿਹੜਾ ਹੈਗਾ ਸਾਰਾ ਕੁਛ ਨਹੀਂ ਕਰ ਸਕਦੇ, ਸਾਨੂੰ ਆਪਣੇ ਤੌਰ ਤੇ ਵੀ ਬੜਾ ਕੁਛ ਕਰਨਾ ਪਊਗਾ। ਜਦੋਂ ਵੈਕਸੀਨ ਆਊਗੀ ਉਹ ਗੱਲ ਅਲੱਗ ਹੈ, ਪਰ ਅੱਜ ਲੋੜ ਭਾਰਤ ਦੀ ਜਿਹੜੀ ਹੈਗੀ ਹੈ ਅਰਥ ਵਿਵਸਥਾ ਨੂੰ ਗਤੀ ਦੇਣ ਦੀ ਹੈ। ਇਹ ਗਤੀ ਕਿਸ ਤਰੀਕੇ ਨਾਲ ਮਿਲਦੀ ਹੈ ਇਹ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਲੋਕ ਜਿਹੜੇ ਹੈਗੇ ਆ ਕਿਵੇਂ ਜਿਹੜਾ ਹੈਗਾ ਜਿਵੇਂ ਆਰਥਿਕਤਾ ਉਹਨੂੰ ਜਿਸ ਕਾਰਖਾਨੇ ਚੱਲਣੇ ਆ ਜਾਂ ਕੋਈ ਹੋਰ ਚੀਜ਼ਾਂ ਚੱਲਣੀਆਂ ਉਹਦੇ ਵਿਚ ਲੋਕ ਕਿਸ ਤਰੀਕੇ ਨਾਲ ਰਿਐਕਸ਼ਨ ਕਰਦੇ ਆ, ਉਹ ਸਰਕਾਰ ਦੀਆਂ ਇੰਸਟਰਕਸ਼ਨ ਅਨੁਸਾਰ ਚੱਲਦੇ ਆ ਕਿ ਨਹੀਂ ਚੱਲਦੇ ਹੈਗੇ, ਇਹ ਸਾਰਾ ਕੁਛ ਲੋਕਾਂ ਦੇ ਉੱਤੇ ਨਿਰਭਰ ਕਰਦਾ ਹੈ। ਜੀ, ਲੋਕਾਂ ਦੇ ਉੱਤੇ ਨਿਰਭਰ ਕਰਦਾ, ਸਹੀ ਗੱਲ ਹੈ। ਤੇ ਹੋਰ ਕੋਈ ਖ਼ਬਰ ਸਰ ਜੀ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ? ਹਲਦੀ ਕੜੀ ਤਾਂ ਇਹ ਹੈ ਕਿ ਅੱਜ ਕੱਲ ਮੇਰੇ ਸਾਹਮਣੇ ਇਕ ਤਸਵੀਰ ਆਈ ਹੈ, ਉਹਦੇ ਵਿਚ ਮੋਦੀ ਸਾਹਿਬ ਹੱਥ ਜੋੜ ਰਹੇ ਨੇ। ਹੱਥ ਜੋੜਨ ਦਾ ਕਾਰਨ ਇਹ ਹੈ ਕਿ ਭਾਵੇਂ ਕਿ ਭਾਰਤ ਵਿਚ ਕੋਰੋਨਾ ਬਹੁਤ ਜ਼ਿਆਦਾ ਫੈਲਿਆ ਵੀ ਹੋਇਆ ਤੇ ਜਿਹੜਾ ਹੈਗਾ ਵਿਸ਼ਵ ਸਿਹਤ ਸੰਗਠਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਉਸ ਨੇ ਜੋ ਪ੍ਰਸ਼ੰਸਾ ਕਰਤੀ ਹੈ ਉਸ ਨੂੰ ਵੀ ਇਹ ਭਾਰਤੀ ਜਨਤਾ ਪਾਰਟੀ ਕੈਸ਼ ਕਰਨਾ ਚਾਹ ਰਹੀ ਹੈ ਕਿ ਦੇਖੋ ਜੀ ਕੌਮਾਂਤਰੀ ਪੱਧਰ ਦੇ ਉੱਤੇ ਵੀ ਸਾਡੀ ਇੰਨੀ ਗੱਲ ਸੁਣੀ ਜਾ ਰਹੀ ਹੈ। ਹਾਲਾਂਕਿ ਜਿਹੜਾ ਹੈ ਜਿਸ ਤਰੀਕੇ ਨਾਲ ਵੈਕਸੀਨ ਦੀ ਗੱਲ ਚੱਲੀ ਹੈ ਵੈਕਸੀਨ ਦੇ ਮਾਮਲੇ ਦੇ ਵਿਚ ਹਾਲੇ ਅਸੀਂ ਕਾਫੀ ਪਿੱਛੇ ਹਾਂ ਤੇ ਪੂਰੀ ਦੁਨੀਆਂ ਦੇ ਵਿਚ ਜਿਵੇਂ ਆਪਾਂ ਕਿਹਾ ਕਿ ਅਮਰੀਕਾ ਦੇ ਵਿਚ ਤਾਂ ਨਵੰਬਰ ਮਹੀਨੇ ਦੇ ਵਿਚ ਲੋਕਾਂ ਨੂੰ ਵੈਕਸੀਨ ਪ੍ਰਾਪਤ ਹੋ ਜੂਗੀ, ਭਾਰਤ ਵਿਚ ਕਦੋਂ ਮਿਲਦੀ ਹੈ ਇਹ ਇਕ ਬਹੁਤ ਵੱਡਾ ਪ੍ਰਸ਼ਨ ਬਣਿਆ ਹੋਇਆ। ਪਰ ਫਿਰ ਵੀ ਇਹ ਹੈ ਕਿ ਉਹਨਾਂ ਨੇ ਜਿਹੜੀ ਹੈ ਮੋਦੀ ਸਾਹਿਬ ਨੇ ਜਿਹੜਾ ਹੈ ਯੂ ਐਨ ਦੇ ਵਿਚ ਕਿਹਾ ਹੈ ਕਿ ਭਾਰਤ ਇਕ ਜਿਹੜਾ ਹੈਗਾ ਜਿੰਮੇਵਾਰ ਮੁਲਕ ਆ, ਹਰੇਕ ਜਿਹੜੀ ਹੈ ਦੁਨੀਆਂ ਦਾ ਜੋ ਵੀ ਸੰਕਟ ਆ ਉਹਦੇ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਗੱਲ ਕਰਕੇ ਸਾਨੂੰ ਸਥਾਈ ਮੈਂਬਰੀ ਮਿਲਣੀ ਚਾਹੀਦੀ ਹੈ ਤੇ ਉਹ ਸਥਾਈ ਮੈਂਬਰੀ ਦੇ ਉੱਤੇ ਵੀ ਉਹਨਾਂ ਨੇ ਇਸ ਦੀ ਵਕਾਲਤ ਕੀਤੀ ਹੈ। ਚਲੋ ਖੈਰ ਇਹ ਹੈ ਕਿ ਇਸ ਗੱਲ ਦੀ ਲੋੜ ਆ, ਕੌਮਾਂਤਰੀ ਪੱਧਰ ਦੇ ਉੱਤੇ ਕੁਛ ਜਿਹੜੇ ਹੈਗਾ ਯੂ ਐਨ ਦੇ ਵਿਚ ਸੁਧਾਰ ਚਾਹੀਦੇ ਆ। ਇਹ ਇਸ ਗੱਲ ਦੇ ਉੱਤੇ ਉਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਭਾਰਤ ਸਣੇ ਕੁਛ ਹੋਰ ਮੁਲਕਾਂ ਨੂੰ ਵੀ ਇੱਥੇ ਦਾ ਸਥਾਈ ਮੈਂਬਰ ਬਣਾਉਣਾ ਚਾਹੀਦਾ ਕਿਉਂਕਿ ਇਹ ਸਥਾਈ ਮੈਂਬਰ ਸਿਰਫ ਅਮਰੀਕਾ ਰੂਸ ਹੈ
चीन है, ये जो मुल्क ने होर भी है, फ्रांस भी है, इंग्लैंड है, इस होर जो मुल्क ने उन्होंने भी स्थाई मैंबरी मिलनी चाहिए है। जी बहुत धन्यवाद भाई जी, बहुत मेहरबानी थोड़ी, शुक्रिया। दर्शन सिंह दर्शक आप सांझ पा रहे जी खबरसार दी, अगे चलते हैं एक होर मसला थोड़े साझा करते हैं ब्रेक तो बाद।